ਇਹ ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਦਾ ਬਿਗ 5 ਮਾਡਲ ਜਿਹੜਾ 5 ਫੈਕਟਰ ਸਿਧਾਂਤ ਹੈ ਉਹ ਕੀ ਹੈ ਰੋਬਰਟ ਮੈਕੂਰੇ ਤੇ ਪਾਲ ਕੋਸਟਾ ਦੇ ਦੁਆਰਾ ਇਹਨ ਪ੍ਰਸਤੁਤ ਕੀਤਾ ਗਿਆ ਜਿਨ੍ਹਾਂ ਨੇ ਸ਼ਖਸੀਅਤ ਦੇ ਵਿੱਚ ਪਰਸਨੈਲਿਟੀ ਦੇ ਵਿੱਚ ਜਿਹੜਾ ਬਿਗ 5 ਮਾਡਲ ਹੈ ਜਾਂ ਬਿਗ 5 ਫੈਕਟਰਸ ਦੀ ਜਿਹੜੀ ਭੂਮਿਕਾ ਰੋਲ ਹੈ ਉਹਦੀ ਵਿਆਖਿਆ ਕੀਤੀ ਸੀ ਤੇ 5 ਫੈਕਟਰ ਸਿਧਾਂਤ ਦੇ ਵਿੱਚ ਕਈ ਅਜਿਹੇ ਪ੍ਰਸਤਾਵ ਦਿੱਤੇ ਗਏ ਨੇ ਮੀਨਸ ਪ੍ਰਪੋਜ਼ਲ ਨੇ ਜਿਹੜੇ ਕਿ ਪਰਸਨੈਲਿਟੀ ਦੇ ਟ੍ਰੇਟਸ ਦੀ ਨੇਚਰ ਕਿਹੋ ਜੀ ਹੈ ਉਹਨਾਂ ਦੀ ਹੋਂਦ ਕਿਸ ਤਰ੍ਹਾਂ ਦੀ ਹੈ ਤੇ ਉਹਨਾਂ ਦਾ ਵਿਕਾਸਾਤਮਕ ਪ੍ਰਕਿਰਿਆ ਮੀਨਸ ਡਵੈਲਪਮੈਂਟਲ ਪ੍ਰੋਸੈਸ ਹੈ ਉਹਨੂੰ ਇਹਦੇ ਵਿੱਚ ਦਰਸਾਇਆ ਗਿਆ ਇਹਨਾਂ ਫੈਕਟਰਸ ਦੇ ਕਰਕੇ ਜਿਹੜੀ ਪਰਸਨੈਲਿਟੀ ਹੈ ਉਹਦੇ ਨਾਲ ਸੰਬੰਧਿਤ ਜਿਹੜੀਆਂ ਉਹਦੀ ਹੋਰ ਕੈਰੈਕਟਿਸਟਿਕਸ ਨੇ ਉਹਨਾਂ ਨਾਲ ਸੰਬੰਧ ਬਾਰੇ ਵੀ ਇਸੇ ਸਿਧਾਂਤ ਦੇ ਵਿੱਚ ਪੂਰੀ ਜਿਹੜੀ ਵਿਆਖਿਆ ਇਹਦੇ ਵਿੱਚ ਕੀਤੀ ਗਈ ਹੈ ਫਾਈਵ ਫੈਕਟਰ ਸਿਧਾਂਤ ਸਖਸ਼ੀਅਤ ਦੇ ਲੱਛਣਾਂ ਦੇ ਜੈਵਿਕ ਪੱਖ ਤੇ ਵੀ ਰੋਸ਼ਨੀ ਪਾਉਂਦਾ ਹੈ ਮੀਨ ਜਿਹੜਾ ਬਾਇਓਲੋਜੀਕਲ ਅਸਪੈਕਟ ਹੈ ਉਹਦੇ ਤੇ ਵੀ ਰੋਸ਼ਨੀ ਪਾਉਂਦਾ ਹੈ ਜਿਦੇ ਵਿੱਚ ਸਿੱਖਣ ਅਤੇ ਤਜਰਬੇ ਦੀ ਨਾ ਮਾਤਰ ਭੂਮਿਕਾ ਨੂੰ ਵੀ ਦਰਸਾਇਆ ਗਿਆ ਵਿਅਕਤੀਤਵ ਮਨੋਵਿਗਿਆਨ ਦੇ ਇਤਿਹਾਸ ਵਿੱਚ ਜਿਹੜਾ ਬਿਗ 5 ਮਾਡਲ ਹੈ ਉਹਨੂੰ ਸਭ ਤੋਂ ਵਿਆਪਕ ਮੰਨਿਆ ਗਿਆ ਹੈ ਮੀਨਸ ਕੰਪਰੀਹੈਂਸਿਵ ਹੈ ਖੋਜਪੂਰਕ ਹੈ ਤੇ ਅੰਕੜਿਆਂ ਤੇ ਆਧਾਰਿਤ ਖੋਜਾਂ ਦੇ ਵਿੱਚ ਇੱਕ ਇਹਨੂੰ ਮਹੱਤਵਪੂਰਨ ਖੋਜ ਮੰਨਿਆ ਗਿਆ ਹੁਣ ਪਰਸਨੈਲਿਟੀ ਦੇ ਵਿੱਚ ਜਿਹੜੀਆਂ 5 ਕੈਰੈਕਟਿਸਟਿਕਸ ਮੇਨ ਹੁੰਦੀਆਂ ਨੇ ਖੁੱਸਤਾ ਉਦਾਰਤਾ ਮੀਨਸ ਓਪਨਨੈਸ ਕਰਤਵਨਿਸ਼ਠਾ ਮੀਨਸ ਆਪਣੇ ਤੁਸੀਂ ਕੰਮ ਦੇ ਪ੍ਰਤੀ ਕਿੰਨੇ ਕੋ ਜਿਵੇਂ ਅਸੀਂ ਕਹਿੰਦੇ ਹਾਂ ਕੌਨਸ਼ੀਅਸ ਹੋ ਕੌਨਸ਼ੀਅਨਸਨੈਸ ਬਾਹਰ ਮੁਖੀ ਕਿੰਨੇ ਕੋ ਤੁਸੀਂ ਐਕਸਟ੍ਰੋਵਰਜਨ ਅਨੁਰੂਪਤਾ ਕਿੰਨੀ ਕ ਹੈ ਐਗਰੀਬਲੈਂਡਨਸ ਤੇ ਉਤੇਜਨਸ਼ੀਲਤਾ ਨਿਊਰੋਟਿਸਿਜ਼ਮ ਹੁਣ ਉਤੇਜਨਸ਼ੀਲਤਾ ਫੈਕਟਰ ਨੂੰ ਭਾਵਨਾਤਮਕ ਸਥਿਰਤਾ ਵੀ ਕਿਹਾ ਜਾਂਦਾ ਹੈ ਹੁਣ ਇਹਨਾਂ ਪੰਜਾਂ ਨੂੰ ਅਸੀਂ ਪੂਰੀ ਡਿਟੇਲ ਦੇ ਵਿੱਚ ਕਰਾਂਗੇ ਫਰਸਟ ਜਿਹੜਾ ਹੈ ਓਪਨਨੈਸ ਓਪਨਨੈਸ ਮੀਨਸ ਉਦਾਰਤਾ ਹੁਣ ਇਹਦੇ ਵਿੱਚ ਕੀ ਤੁਸੀਂ ਉਦਾਰਤਾ ਲਈ ਜਿਹੜੀ ਤਬਦੀਲੀ ਦੇ ਲਈ ਤਿਆਰ ਹੋ ਹੁਣ ਓਪਨਨੈਸ ਕੀ ਹੁੰਦੀ ਹੈ ਇਹ ਚ ਕਲਪਨਾ ਜਗਿਆਸਾ ਅਰਿੱਤਿਕ ਵਿਚਾਰ ਨੇ ਤੇ ਕਲਾ ਪ੍ਰਤੀ ਇੱਕ ਪੰਸਾ ਜਿਹੜੇ ਅਸੀਂ ਕਹਿੰਦੇ ਵੀ ਐਪਰੀਸ਼ੀਏਟ ਕਰਨਾ ਕਿਸੇ ਚੀਜ਼ ਨੂੰ ਪ੍ਰਸ਼ੰਸਾ ਆਤਮਕ ਰਵਈਆ ਹੈ ਇਹ ਜਿਹੜੇ ਕੈਰੈਕਟ੍ਰਿਸਟਿਕਸ ਨੇ ਕਾਲਪਨਿਕ ਵਿਅਕਤੀਆਂ ਨੂੰ ਉਹਨਾਂ ਵਿਅਕਤੀਆਂ ਤੋਂ ਵੱਖਰਾ ਕਰਦਾ ਹੈ ਮੀਨਸ ਜਿਹੜੇ ਅਸੀਂ ਕਹਿੰਦੇ ਵੀ ਇਮੇਜਿਨ ਕਰਦੇ ਨੇ ਜੋ ਲਕੀਰ ਦੇ ਫਕੀਰ ਹਨ ਇੱਕ ਹੁੰਦਾ ਲਕੀਰ ਦੇ ਫਕੀਰ ਹੋਣਾ ਦਾ ਮਤਲਬ ਕਿ ਜਿਹੜੀ ਗੱਲ ਜਿਵੇਂ ਕਿਸੇ ਨੇ ਕਹਤੀ ਉਦੋਂ ਹੀ ਸਹੀ ਹੈ ਕੁਝ ਵਿਅਕਤੀ ਹੁੰਦੇ ਨੇ ਜਿਹੜੇ ਖੁਦ ਇਮੇਜਿਨ ਕਰਦੇ ਨੇ ਦੇਖਦੇ ਨੇ ਉਸ ਚੀਜ਼ ਨੂੰ ਲਕੀਰ ਦੇ ਫਕੀਰ ਹੁੰਦੇ ਨੇ ਜਿਹੜੇ ਉਹ ਜਿਹੜੇ ਨਵੇਂ ਤਰੀਕੇ ਹੁੰਦੇ ਨੇ ਉਹਨਾਂ ਨੂੰ ਅਜ਼ਮਾਉਣ ਤੋਂ ਡਰਦੇ ਨੇ ਤੇ ਨੀਮਾਂ ਨੂੰ ਇਮਾਨਦਾਰੀ ਪੂਰਵਕ ਨਿਭਾਉਂਦੇ ਨੇ ਮੀਨਸ ਉਹਦੇ ਵਿੱਚ ਕੋਈ ਜਿਹੜੀ ਹੇਰ ਫੇਰ ਆ ਜਾਂ ਕੋਈ ਚੇਂਜਸ ਨੇ ਉਹ ਨਹੀਂ ਕਰਦੇ ਹੁਣ ਉਦਾਰਤਾ ਦਾ ਜਿਹੜਾ ਜਿਆਦਾ ਪੱਧਰ ਹੈ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਜੋ ਵਿਅਕਤੀ ਜ਼ਿਆਦਾ ਉਦਾਰ ਹੁੰਦੇ ਹਨ ਉਹ ਸਿਰਜਣਾਤਮਕ ਨਵੇਂ ਅਤੇ ਵੱਖਰੇ ਵਿਚਾਰਾਂ ਨੂੰ ਅਪਣਾਉਣ ਵਾਲੇ ਅਤੇ ਆਪਣੀਆਂ ਭਾਵਨਾਵਾਂ ਦੇ ਨਾਲ ਜੁੜੇ ਹੋਏ ਹੁੰਦੇ ਨੇ ਉਹ ਸਾਹਸਿਕ ਕੰਮ ਮੀਨਸ ਜਿਨ੍ਹਾਂ ਦੇ ਵਿੱਚ ਐਨਕ੍ਰੇਜ ਹੌਸਲਾ ਦਿਖਾਉਣ ਦੀ ਜ਼ਰੂਰਤ ਪੈਂਦੀ ਹੈ ਸਾਹਸ ਭਰੇ ਕੰਮ ਹੁੰਦੇ ਨੇ ਉਹਨਾਂ ਨੂੰ ਕਰਨਾ ਪਸੰਦ ਕਰਦੇ ਨੇ ਤੇ ਹਮੇਸ਼ਾ ਜਿਹੜੇ ਨਵੇਂ-ਨਵੇਂ ਕੰਮ ਕਰਨ ਦੇ ਨਵੇਂ-ਨਵੇਂ ਜਿਹੜੇ ਤਰੀਕੇ ਨੇ ਉਹ ਅਡਾਪਟ ਕਰਦੇ ਨੇ ਇਹ ਜਿਹੜੇ ਲੋਕ ਨੇ ਕਾਲਪਨਿਕ ਤੇ ਸੂਝਬਾਨ ਹੁੰਦੇ ਨੇ ਤੇ ਹਮੇਸ਼ਾ ਜੋਖਮ ਭਰੇ ਕੰਮ ਕਰਦੇ ਨੇ ਇਹਨਾਂ ਨੂੰ ਅਸੀਂ ਜਿਗਿਆਸੂ ਵੀ ਕਹਿ ਸਕਦੇ ਹਾਂ ਮੀਨਜ਼ ਜਿਨ੍ਹਾਂ ਦੇ ਮਨ ਦੇ ਵਿੱਚ ਕਿਉਰਿਓਸਿਟੀ ਹੁੰਦੀ ਹੈ ਕੁਝ ਸਿੱਖਣ ਦੀ ਜਗਿਆਸਾ ਹੁੰਦੀ ਹੈ ਇਹ ਕ੍ਰੀਏਟਿਵ ਹੁੰਦੇ ਨੇ ਤੇ ਇਹਨਾਂ ਦਾ ਜਿਹੜਾ ਕੰਮ ਹੁੰਦਾ ਓਰੀਜਨਲ ਹੁੰਦਾ ਮੀਨਜ਼ ਮੌਲਿਕ ਕੰਮ ਹੁੰਦਾ ਇਹ ਨਵੀਆਂ ਜਿਹੜੀਆਂ ਤਕਨੀਕਾਂ ਨੇ ਸਿਸਟਮ ਨੇ ਤੇ ਜਿਹੜੇ ਸੰਦ ਨੇ ਉਹਨਾਂ ਨੂੰ ਬਹੁਤ ਸੌਖੇ ਹੀ ਯੂਜ਼ ਕਰਨਾ ਜਾਣਦੇ ਹੁੰਦੇ ਨੇ ਤੇ ਲੋਕ ਹਮੇਸ਼ਾ ਸੋਚਦੇ ਨੇ ਕਿ ਚੇਂਜ ਆਵੇ ਪਰਿਵਰਤਨ ਹੋਵੇ ਤੇਜ ਇਹ ਕਿਤਿਆਂ ਦੇ ਲਈ ਠੁਕਵੇਂ ਮੰਨੇ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਕ੍ਰੀਏਟੀਵਿਟੀ ਨੋਵਲਟੀ ਤੇ ਜਿਹੜੀ オリジナਲਿਟੀ ਹੈ ਉਹ ਹੁੰਦੀ ਹੈ ਹੁਣ ਅਸੀਂ ਗੱਲ ਕਰਾਂਗੇ ਲੋਅਰ ਲੈਵਲ ਆਫ ਓਪਨਨੈਸ ਦਾ ਉਦਾਰਤਾ ਦਾ ਘੱਟ ਪੱਧਰ ਹੁਣ ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਨੇ ਉਹ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਚੇਂਜਸ ਹੁੰਦੀਆਂ ਨੇ ਜਾਂ ਕੋਈ ਮੋਡੀਫਿਕੇਸ਼ਨ ਹੁੰਦੀ ਹੈ ਉਹਦੇ ਲਈ ਰੈਡੀ ਨਹੀਂ ਹੁੰਦੇ ਉਹਨਾਂ ਨੂੰ ਲੱਗਦਾ ਜਿਵੇਂ ਚੱਲ ਰਿਹਾ ਹੈ ਉਸ ਤਰ੍ਹਾਂ ਹੀ ਠੀਕ ਹੈ ਮੀਨਸ ਪੂਰੇ ਤਰੀਕੇ ਨਾਲ ਇਹ ਰਵਾਇਤੀ ਹੁੰਦੇ ਨੇ ਰਵਾਇਤੀ ਮੀਨਸ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਜੋ ਟ੍ਰੈਡੀਸ਼ਨ ਚੱਲ ਰਹੀਆਂ ਨੇ ਉਹਨਾਂ ਨੂੰ ਕਾਪੀ ਕਰਦੇ ਨੇ ਤੇ ਸ਼ਾਂਤੀਪੂਰਨ ਸੁਰੱਖਿਅਤ ਨੌਕਰੀ ਤੇ ਸ਼ਾਂਤ ਪਰਿਵਾਰਕ ਜ਼ਿੰਦਗੀ ਪਸੰਦ ਕਰਦੇ ਨੇ ਇਹ ਬਹੁਤ ਸਾਰਾ ਯੋਜਨਾਵਾਂ ਨੂੰ ਵਿਸਥਾਰਪੂਰਵਕ ਢੰਗ ਨਾਲ ਪੂਰਾ ਕਰਨ ਦੇ ਵਿੱਚ ਬਤਾਉਂਦੇ ਨੇ ਮੀਨਸ ਕਿ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਨੂੰ ਕਿਸ ਢੰਗ ਨਾਲ ਅਸੀਂ ਪੂਰਾ ਕਰਨਾ ਹੈ ਪਰੰਤੂ ਇਹ ਜਿਆਦਾ ਸੁਚੱਜੇ ਯੋਜਕ ਨਹੀਂ ਮੰਨੇ ਜਾਂਦੇ ਮੀਨਸ ਜਿਹਨੂੰ ਅਸੀਂ ਕਹਿੰਦੇ ਆ ਵੀ ਵਧੀਆ ਢੰਗ ਦੇ ਨਾਲ ਪ੍ਰੋਪਰ ਜਿਹੜਾ ਆਪਣਾ ਕੰਮ ਨਹੀਂ ਕਰ ਸਕਦੇ ਕਿਉਂਕਿ ਵਿਸਥਾਰਪੂਰਵਕ ਸਮੀਖਿਆ ਕਰਨ ਦੀ ਇਹਨਾਂ ਦੀ ਜਿਹੜੀ ਆਦਤ ਹੁੰਦੀ ਹੈ ਉਹ ਵੱਡੀਆਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ। ਸਿਰਫ ਛੋਟੇ-ਛੋਟੇ ਚੀਜ਼ਾਂ ਤੇ ਹੀ اٹਕੇ ਰਹਿ ਜਾਂਦੇ ਨੇ ਤੇ ਜਦੋਂ ਹੋਰ ਕੋਈ ਰਸਤਾ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਤਾਂ ਹੀ ਇਹ ਲੋਕ ਕਿਸੇ ਤਰ੍ਹਾਂ ਦੇ ਜਿਹੜੀ ਕੋਈ ਵੀ ਚੇਂਜ ਹੈ ਉਹਦੇ ਲਈ ਤਿਆਰ ਹੁੰਦੇ ਨੇ। ਇਹ ਜ਼ਿਆਦਾਤਰ ਆਲੋਚਨਾਤਮਕ ਹੁੰਦੇ ਨੇ ਮੀਨਜ਼ ਕ੍ਰਿਟੀਸਾਈਜ਼ ਜ਼ਿਆਦਾ ਕਰਦੇ ਨੇ ਹਰ ਕੰਮ ਨੂੰ। ਹਰ ਗੱਲ ਨੂੰ, ਹਰ ਵਿਅਕਤੀ ਨੂੰ। ਕਲਪਨਾ ਤੇ ਕਲਾ ਵਰਗੀਆਂ ਚੀਜ਼ਾਂ ਨੂੰ ਇਹ ਸਮੇਂ ਦੀ ਬਰਬਾਦੀ ਦੱਸਦੇ ਨੇ। ਮੀਨ ਜੇਕਰ ਅਸੀਂ ਬੈਠ ਕੇ ਇਮੇਜਿਨ ਕਰ ਰਹੇ ਹਾਂ, ਕੋਈ ਕਲਪਨਾ ਕਰ ਰਹੇ ਹਾਂ, ਇਟ ਮੀਨਜ਼ ਯੂ ਆਰ ਵੇਸਟਿੰਗ ਯੂਅਰ ਟਾਈਮ। ਤੇ ਕਲਾ ਤੇ ਦੇਖੋ ਕਿੰਨਾ ਟਾਈਮ ਲੱਗਦਾ ਤੇ ਇਹ ਚੀਜ਼ਾਂ ਨੂੰ ਇਹ ਕਹਿੰਦੇ ਨੇ ਕਿ ਇਹ ਬਹੁਤੀਆਂ ਵਧੀਆ ਨਹੀਂ ਹੈਗੀਆਂ ਜਿਹੜੇ ਕਾਰੋਬਾਰਾਂ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਨਿਯਮਾਂ ਨੂੰ ਅਪਣਾਇਆ ਜਾਂਦਾ ਤੇ ਉਹਨਾਂ ਕਾਰੋਬਾਰਾਂ ਵਿੱਚ ਤਾਂ ਇਹ ਸਫਲ ਰਹਿੰਦੇ ਨੇ ਜਿਵੇਂ ਕਿ ਆਡੀਟਰ ਹੋ ਗਿਆ ਅਕਾਊਂਟੈਂਟ ਤੇ ਸਫਲ ਜੱਜ ਇਸ ਤੋਂ ਵਧੀਆ ਜਿਹੜੀ ਵਿੱਤੀ ਮੈਨੇਜਰ ਕੋਈ ਨਹੀਂ ਬਣ ਸਕਦਾ ਕਿਉਂਕਿ ਜੇ ਉਹਨਾਂ ਅਸੀਂ ਫਾਈਨਾਂਸ ਦੇ ਨਾਲ ਰਿਲੇਟਡ ਗੱਲ ਕਰੀਏ ਜਿਹਨੇ ਸਾਰਾ ਮੈਨੇਜ ਕਰਨਾ ਹੈ ਮੈਨੇਜਰ ਹੈ ਤਾਂ ਉਹ ਉਹਦਾ ਜਿਹੜਾ ਉਦਾਰਤ ਲੈਵਲ ਉਹ ਘੱਟ ਹੋਣਾ ਜ਼ਰੂਰੀ ਹੈ ਹੁਣ ਉਦਾਰਤਮਦ ਦੇ ਕੁਝ ਨਮੂਨੇ ਦੀ ਗੱਲ ਕਰਦੇ ਆ ਮੀਨਸ ਕੁਐਸਚਨ ਕਹਿ ਲਓ ਤੁਸੀਂ ਹਾਂ ਜਾਂ ਨਾ ਦੇ ਵਿੱਚ ਇਹਦਾ ਆਨਸਰ ਦੇਣਾ ਹੈ ਇਸ ਤਰੀਕੇ ਨਾਲ ਇਹ ਜਿਹੜੇ ਸੈਂਪਲਸ ਨੂੰ ਦਿੱਤੇ ਗਏ ਨੇ ਜੇ ਮੇਰੀ ਸ਼ਬਦਾਵਲੀ ਬਹੁਤ ਭਰਪੂਰ ਹੈ ਹਾਂ ਜਾਂ ਨਾ ਬਸ ਸਿਰਫ ਤੁਸੀਂ ਇੱਕ ਹੀ ਵਰਡ ਤੇ ਟਿਕ ਕਰਨਾ ਹੈ ਮੇਰੀ ਕਲਪਨਿਕਤਾ ਬਹੁਤ ਤੀਬਰ ਹੈ ਮੇਰੇ ਵਿਚਾਰ ਬਹੁਤ ਸ਼੍ਰੇਸ਼ਟ ਹਨ ਮੈਂ ਜ਼ਿਆਤਰ ਸਮਾਂ ਚੀਜ਼ਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਲਗਾਉਂਦਾ ਲਗਾਉਂਦੀ ਹਾਂ ਮੈਂ ਮੁਸ਼ਕਿਲ ਸ਼ਬਦਾਂ ਦਾ ਇਸਤੇਮਾਲ ਕਰਦੀ ਕਰਦਾ ਹਾਂ ਮੈਂ ਅਮੂਰਤ ਵਿਚਾਰਾਂ ਵਿੱਚ ਜ਼ਿਆਦਾ ਰੁਚੀ ਨਹੀਂ ਰੱਖਦੀ ਰੱਖਦਾ ਮੇਰੀ ਕਲਪਨਾ ਜ਼ਿਆਦਾ ਵਧੀਆ ਨਹੀਂ ਹੈ ਅਮੂਰਤ ਵਿਚਾਰਾਂ ਨੂੰ ਸਮਝਣ ਵਿੱਚ ਮੈਨੂੰ ਮੁਸ਼ਕਿਲ ਆਉਂਦੀ ਹੈ ਹੁਣ ਜਦੋਂ ਤੁਸੀਂ ਇਹਨਾਂ ਦਾ ਆਨਸਰ ਹਾਂ ਜਾਂ ਨਾ ਦੇ ਵਿੱਚ ਦਿਓਗੇ ਤਾਂ ਤੁਹਾਡਾ ਜਿਹੜਾ ਓਪਨਨੈਸ ਦਾ ਲੈਵਲ ਹੈ ਉਹ ਪਤਾ ਚੱਲ ਜਾਏਗਾ ਕਿ ਘੱਟ ਹੈ ਜਾਂ ਵੱਧ ਹੈ ਨੈਕਸਟ ਹੁਣ ਅਸੀਂ ਗੱਲ ਕਰਾਂਗੇ ਕਰਤੱਵ ਨਿਸ਼ਠਾ ਬਾਰੇ ਮੀਨ ਜੇ ਤੁਸੀਂ ਆਪਣਾ ਜਿਹੜਾ ਕੰਮ ਹੈ ਉਹਨੂੰ ਕਿਸ ਤਰੀਕੇ ਨਾਲ ਕਰਦੇ ਹੋ ਹੁਣ ਕਰਤੱਵ ਨਿਸ਼ਠਾ ਕਿ ਸਵੇ ਅਨੁਸ਼ਾਸਨ ਦਰਸਾਉਣ ਫਰਜ਼ ਅਨਸਾਰ ਕੰਮ ਕਰਨ ਅਤੇ ਸਫਲਤਾ ਪ੍ਰਾਪਤੀ ਦਾ ਉਦੇਸ਼ ਨਿਸ਼ਚਿਤ ਕਰਨ ਦੀ ਇੱਕ ਪ੍ਰਵਿਰਤੀ ਹੈ। ਤੇ ਪ੍ਰਵਿਰਤੀ ਆਪ ਮੁਹਾਰੇ ਵਿਵਹਾਰ ਕਰਨ ਦੀ بجائے ਯੋਜਨਾਬੱਧ ਤਰੀਕੇ ਨਾਲ ਵਿਵਹਾਰ ਕਰਨ ਨੂੰ ਤਰਜੀਹ ਦਿੰਦੀ ਹੈ। ਮੀਨਜ਼ ਕੋਈ ਵੀ ਅਸੀਂ ਕੰਮ ਆਪਣੇ ਆਪ ਨਹੀਂ ਕਰਨਾ ਕਿ ਜਿਸ ਤਰ੍ਹਾਂ دل ਆ ਗਿਆ ਅਸੀਂ ਉਹਵੇਂ ਕਰਤਾ। ਇਹਨੂੰ ਕਿਸ ਤਰੀਕੇ ਨਾਲ ਕਰਨਾ ਹੁੰਦਾ ਜਿਹੜਾ ਪਲਾਨਡ ਵੇ ਹੁੰਦਾ ਉਹਦੇ ਨਾਲ। ਉਸ ਨੂੰ ਇਹਦੇ ਵਿੱਚ ਕਰਤੱਵ ਨਿਸ਼ਠਾ ਦੇ ਵਿੱਚ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਉਦੇਸ਼ਾਤਮਕ ਯੋਜਨਾ ਤੇ ਦ੍ਰਿੜਤਾ ਦੇ ਕਰਕੇ ਇਹ ਲੋਕ ਜ਼ਿਆਦਾ ਸਫਲਤਾ ਪ੍ਰਾਪਤ ਕਰਦੇ ਨੇ ਮੀਨ ਜਿਨ੍ਹਾਂ ਦੇ ਵਿੱਚ ਜਿਹੜੀ ਕਰਤੱਵ ਨਿਸ਼ਠਾ ਉਹ ਜ਼ਿਆਦਾ ਹੁੰਦੀ ਹੈ ਦੂਸਰੇ ਲੋਕ ਵੀ ਇਹਨਾਂ ਨੂੰ ਸਮਝਦਾਰ ਤੇ ਭਰੋਸੇਯੋਗ ਮੰਨਦੇ ਨੇ ਅਧਿਆਪਕ ਵੀ ਅਜਿਹੇ ਵਿਦਿਆਰਥੀਆਂ ਨੂੰ ਜ਼ਿਆਦਾ ਜ਼ਿੰਮੇਵਾਰ ਮੰਨਦੇ ਨੇ ਕਿ ਇਹ ਬੱਚੇ ਬਹੁਤ ਵੱਡੇ ਢੰਗ ਨਾਲ ਜਿਹੜੀ ਜ਼ਿੰਮੇਵਾਰੀ ਹੈ ਉਹ ਨਿਭਾ ਲੈਣਗੇ ਹੁਣ ਅਸੀਂ ਗੱਲ ਕਰਾਂਗੇ ਜਿਹੜੇ ਕਰਤੱਵ ਨਿਸ਼ਠਾ ਦਾ ਉਹਦਾ ਔਰ ਜ਼ਿਆਦਾ ਪੱਧਰ ਮੀਨਸ ਹਾਈ ਲੈਵਲ ਵਿਅਕਤੀਤਵ ਦਾ ਜਿਹੜਾ 5 ਫੈਕਟਰ ਮਾਡਲ ਹੈ ਇਹ ਵਿੱਚ ਅਜਿਹੇ ਵਿਅਕਤੀਆਂ ਨੂੰ ਕੇਂਦ੍ਰਿਤ ਸੰਗਠਿਤ ਅਤੇ ਆਪਣੇ ਉਦੇਸ਼ਾ ਨੂੰ ਪ੍ਰਾਪਤ ਕਰਨ ਵਾਲੇ ਮੰਨਦਾ ਹੈ ਮੀਨਸ ਇਹ ਜਿਹੜੇ ਵਿਅਕਤੀ ਨੇ ਆਪਣੇ ਉਦੇਸ਼ਾ ਨੂੰ ਛੇਤੀ ਪ੍ਰਾਪਤ ਕਰ ਲੈਂਦੇ ਨੇ ਇਸ ਤਰ੍ਹਾਂ ਜਿਹੜੇ ਲੋਕ ਨੇ ਹਰੇਕ ਕੰਮ ਦੀ ਪਹਿਲਾਂ ਯੋਜਨਾ ਬਣਾਉਂਦੇ ਨੇ ਤੇ ਫਿਰ ਉਸ ਯੋਜਨਾ ਨੂੰ ਸਾਹਮਣੇ ਧਿਆਨ ਦੇ ਵਿੱਚ ਰੱਖਦੇ ਹੋਏ ਸਾਰੇ ਜਿਹੜੇ ਕੰਮ ਨੇ ਉਹ ਕਰਦੇ ਨੇ ਇਸ ਤਰ੍ਹਾਂ ਜਿਹੜੇ ਲੋਕ ਨੇ ਸਵੈ ਅਨੁਸ਼ਾਸਿਤ ਹੁੰਦੇ ਨੇ ਮੀਨਸ ਸੈਲਫ ਡਿਸਿਪਲਿਨਡ ਹੁੰਦੇ ਨੇ ਉਹਨਾਂ ਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਤੇ ਆਪਣੇ ਫਰਜ਼ਾਂ ਨੂੰ ਸਹੀ ਢੰਗ ਨਾਲ ਨਿਭਾਉਣ ਵਾਲੇ ਹੁੰਦੇ ਨੇ ਸੈਲਫ ਕੌਨਫੀਡੈਂਟ ਹੁੰਦੇ ਨੇ ਤੇ ਕਿਸੇ ਵੀ ਸੰਸਥਾ ਦੇ ਵਿੱਚ ਇਹ ਇੱਕ ਪ੍ਰਭਾਵਸ਼ਾਲੀ ਕਾਰਜਕਾਰੀ ਸਿੱਧ ਹੁੰਦੇ ਨੇ ਮੀਨ ਜੇ ਕਿਸੇ ਸੰਸਥਾ ਦੇ ਵਿੱਚ ਜਿਹੜਾ ਕਰਤਵਨਿਸ਼ਠਾ ਦੇ ਜ਼ਿਆਦਾ ਪੱਧਰ ਵਾਲਾ ਵਿਅਕਤੀ ਉੱਥੇ ਜੁਆਇਨ ਕਰ ਲੈਂਦਾ ਤਾਂ ਉਸ ਇੰਸਟੀਟਿਊਟ ਦਾ ਗਰੋ ਕਰਨਾ ਬਹੁਤ ਮਤਲਬ ਸਾਹਮਣੇ ਇਹ ਕਹਿੰਦੇ ਵੀ ਸਫਲ ਹੋ ਜਾਣਾ ਹੈ ਉਸ ਇੰਸਟੀਟਿਊਟ ਨੇ ਅੱਗੇ ਜ਼ਿਆਦਾ ਗਰੋ ਕਰਨਾ ਹੁੰਦਾ ਹੈ ਹੁਣ ਕਰਤਵਨਿਸ਼ਠਾ ਦਾ ਘੱਟ ਪੱਧਰ ਵਾਲੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਕੁਆਲਿਟੀਆਂ ਨੇ ਜਾਂ ਕੈਰੈਕਟਿਸਟਿਕਸ ਨੂੰ ਹੁੰਦੀਆਂ ਨੇ ਅਜਿਹੇ ਵਿਅਕਤੀ ਅਸੰਗਠਿਤ ਹੁੰਦੇ ਨੇ ਮੀਨਸ ਵੈਲ ਆਰਗਨਾਈਜ਼ਡ ਨਹੀਂ ਹੁੰਦੇ ਇਹ ਤੇ ਲਾਪਰਵਾਹ ਹੁੰਦੇ ਨੇ ਆਰਾਮਦਾਇਕ ਪ੍ਰਵਿਰਤੀ ਵਾਲੇ ਹੁੰਦੇ ਨੇ ਇਹ ਲੋਕ ਕੋਈ ਯੋਜਨਾ ਜਾਂ ਵਿਵਸਥਾ ਨਹੀਂ ਬਣਾਉਂਦੇ ਅਤੇ ਆਪਣੇ ਉਦੇਸ਼ਾਂ ਨੂੰ ਬੜੀ ਹੀ ਲਚਕੀਲੀ ਅਪਰੋਚ ਨਾਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਨੇ ਮੀਨਸ ਜਿਹੜਾ ਉਦੇਸ਼ ਇਹਨਾਂ ਦੇ ਸਾਹਮਣੇ ਮਿੱਥਿਆ ਹੁੰਦਾ ਤਾਂ ਉਹਦੇ ਲਈ ਕੋਈ ਇਹਨਾਂ ਨੇ ਪਲਾਨ ਨਹੀਂ ਕੀਤਾ ਹੁੰਦਾ ਤਾਂ ਨਾ ਲੱਗਦਾ ਕਿ ਜਿੱਥੇ ਲੱਗੇਗਾ ਕੁਝ ਅਸੀਂ ਉਥੇ ਹੀ ਚੇਂਜ ਕਰ ਲਾਂਗੇ ਮੀਨਸ ਜਿਹੜੀ ਫਲੈਕਸੀਬਲ ਅਪਰੋਚ ਹੈ ਉਹਨੂੰ ਇਹ ਅਡਾਪਟ ਕਰਦੇ ਨੇ ਇੱਕ ਦਿਨ ਇਹ ਬਹੁਤ ਕੰਮ ਕਰਨਗੇ ਤੇ ਦੂਸਰੇ ਦਿਨ ਛੁੱਟੀ ਬਣਾਉਣਗੇ ਇਹ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਤੇ ਅਜਿਹੇ ਲੋਕ ਉਹ ਕੰਮ ਕਰਨ ਦੇ ਵਿੱਚ ਸਫਲ ਨਹੀਂ ਹੁੰਦੇ ਜਿਹੜੇ ਸਮੇਂ ਸਿਰ ਤੇ ਵਿਵਸਥਾ ਨਾਲ ਕਰਨ ਵਾਲੇ ਹੁੰਦੇ ਨੇ ਵਿਵਸਥਾ ਨਾਲ ਮੀਨਸ ਜਿਹਨੂੰ ਕਹਿੰਦੇ ਵੀ ਵੈਲ ਪਲਾਨਡ ਵੀ ਨਾਲ ਕਰਨ ਵਾਲੇ ਹੁੰਦੇ ਨੇ ਹੁਣ ਇਹਦੇ ਵਿੱਚ ਵੀ ਕੁਝ ਜਿਹੜੇ ਸੈਂਪਲਸ ਨੇ ਉਹ ਦਿੱਤੇ ਗਏ ਨੇ ਫਰਸਟ ਟਾਈਮ ਮੈਂ ਹਮੇਸ਼ਾ ਮਾਨਸਿਕ ਤੌਰ ਤੇ ਤਿਆਰ ਰਹਿਦਾ ਰਹਿੰਦੀ ਹਾਂ ਮੈਂ ਆਪਣੇ ਕੰਮ ਕਰਨ ਦੇ ਵਿੱਚ ਸੁਨਿਸ਼ਚਿਤ ਹਾਂ ਮੈਂ ਕ੍ਰੂਪ ਰੂਪਰੇਖਾ ਜਾਂ ਸਮਾ ਸੂਚੀ ਰਾਹੀਂ ਕੰਮ ਕਰਦਾ ਕਰਦੀ ਹਾਂ ਮੈਂ ਸਾਰੇ ਕੰਮ ਸੁਚੱਜੇ ਢੰਗ ਨਾਲ ਕਰਦੀ ਕਰਦਾ ਹਾਂ ਮੈਂ ਵਿਵਸਥਾ ਪਸੰਦ ਵਿਅਕਤੀ ਹਾਂ ਮੈਂ ਵਿਸਤ੍ਰਿਤ ਚੀਜ਼ਾਂ ਵੱਲ ਧਿਆਨ ਦਿੰਦੀ ਦਿੰਦਾ ਹਾਂ ਮੈਂ ਆਪਣੀਆਂ ਚੀਜ਼ਾਂ ਇਧਰ ਉਧਰ ਰੱਖ ਦਿੰਦੀ ਹਾਂ ਮੈਂ ਚੀਜ਼ਾਂ ਨੂੰ ਗੁੰਝਲਦਾਰ ਬਣਾ ਦਿੰਦੀ ਦਿੰਦਾ ਹਾਂ ਮੈਂ ਚੀਜ਼ਾਂ ਨੂੰ ਉਹਨਾਂ ਦੀ ਅਸਲੀ ਜਗ੍ਹਾ ਤੇ ਰੱਖਣਾ ਅਕਸਰ ਹੀ ਭੁੱਲ ਜਾਂਦਾ ਜਾਂ ਭੁੱਲ ਜਾਂਦੀ ਹਾਂ ਮੈਂ ਆਪਣਾ ਕੰਮ ਕਰਨ ਤੋਂ ਕਤਰੌਂਦੀ ਕਤਰੌਂਦਾ ਹਾਂ ਹੁਣ ਇਹਨਾਂ ਦੇ ਜਿਹੜੇ ਹਾਂ ਜਾਂ ਨਾ ਦੇ ਵਿੱਚ ਰਿਪਲਾਈ ਹੋਣਗੇ ਉਹਦੇ ਅਕੋਰਡਿੰਗ ਤੁਹਾਡਾ ਪਤਾ ਚੱਲ ਜਾਏਗਾ ਕਿ ਕਰਤਵਨਿਸ਼ਠਾ ਦਾ ਪੱਧਰ ਤੁਹਾਡੇ ਵਿੱਚ ਘੱਟ ਹੈ ਜਾਂ ਵਧੇ ਨੈਕਸਟ ਹੁਣ ਅਸੀਂ ਗੱਲ ਕਰਾਂਗੇ ਐਕਸਟਰਾਵਰਸ਼ਨ ਬਾਹਰਮੁਖੀ ਹੁਣ ਇਹਦੇ ਵਿੱਚ ਇੱਕ ਜਿਹੜੀ ਮੇਨ ਗੱਲ ਉਹ ਦਿਖ ਜਾਈਗੀ ਕਿ ਕੀ ਤੁਸੀਂ ਇਕੱਠ ਵਿੱਚ ਰਹਿਣਾ ਪਸੰਦ ਕਰਦੇ ਹੋ ਜਾਂ ਤੁਹਾਨੂੰ ਇਕਾਂਤ ਪਸੰਦ ਹੈ ਇਹਨਾਂ ਦੋ ਗੱਲਾਂ ਤੋਂ ਤੁਹਾਡਾ ਜਿਹੜਾ ਬਾਹਰਮੁਖੀ ਜਾਂ ਅੰਤਰਮੁਖੀ ਹੋਣਾ ਕਲੀਅਰ ਹੋ ਜਾਏਗਾ ਹੁਣ ਦੂਸਰਿਆਂ ਦੀ ਸੰਗਤ ਦੇ ਵਿੱਚ ਰਹਿਣਾ ਤੇ ਉਹਨਾਂ ਤੋਂ ਹੀ ਉਤੇਜਨਾ ਪ੍ਰਾਪਤ ਕਰਨ ਦੀ ਪ੍ਰਵਿਰਤੀ ਨੂੰ ਕੀ ਕਿਹਾ ਜਾਂਦਾ ਹੈ ਬਾਹਰਮੁਖੀ ਪ੍ਰਵਿਰਤੀ ਕਿਉਂਕਿ ਜਦੋਂ ਅਸੀਂ ਦੂਸਰਿਆਂ ਦੀ ਸੰਗਤ ਦੇ ਵਿੱਚ ਰਹਿੰਦੇ ਹਾਂ ਦੂਸਰਿਆਂ ਦੇ ਨਾਲ ਰਹਿੰਦੇ ਹਾਂ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਉਹ ਜਿਹੜਾ ਸਾਡਾ ਐਟੀਟਿਊਡ ਆ ਉਹ ਕੀ ਸਾਨੂੰ ਐਕਸਟਰਾਵਰਜਨ ਦੱਸਦਾ ਕਿ ਤੁਸੀਂ ਹੈਗੇ ਹੋ ਤੇ ਇਹ ਵਿਅਕਤੀ ਹਮੇਸ਼ਾ ਉਤਸ਼ਾਹ ਭਰਪੂਰ ਰਹਿੰਦੇ ਨੇ ਸਮੂਹ ਦੇ ਵਿੱਚ ਇਹ ਹਮੇਸ਼ਾ ਬੋਲਣਾ ਪਸੰਦ ਕਰਦੇ ਨੇ ਮੀਨਜ਼ ਜੇ ਉਹ ਕਿਸੇ ਗਰੁੱਪ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਕੋਈ ਗੱਲ ਕਰੀਏ ਤੇ ਆਪਣੇ ਪ੍ਰਤੀ ਦੂਸਰਿਆਂ ਦਾ ਜਿਹੜਾ ਧਿਆਨ ਉਹ ਖਿੱਚਦੇ ਨੇ ਇਸ ਤੋਂ ਉਲਟ ਜਿਹੜੇ ਅੰਤਰਮੁਖੀ ਹੁੰਦੇ ਨੇ ਮੀਨਜ਼ ਜਿਹੜੇ ਇੰਟਰਵਰਜਨ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਸ ਸ਼ਕਤੀ ਦੀ ਘਾਟ ਹੁੰਦੀ ਹੈ ਉਹ ਇਹਨਾਂ ਦੂਸਰੇ ਲੋਕਾਂ ਦੇ ਨਾਲ ਭੁੱਲਦੇ ਮਿਲਦੇ ਨਹੀਂ ਹੈਗੇ ਤੇ ਬਾਹਰ ਮੁਖੀ ਦੀ ਤਰ੍ਹਾਂ ਇਹ ਜਿਆਦਾ ਜਿਹੜੇ ਇਹ ਜ਼ਿਆਦਾ ਜਿਹੜੇ ਬਾਹਰੀ ਕੰਮ ਨਹੀਂ ਉਹਨਾਂ ਦੇ ਵਿੱਚ ਭਾਗ ਨਹੀਂ ਲੈਂਦੇ ਤੇ ਜਿਹੜਾ ਸਮਾਜਿਕ ਸੰਸਾਰ ਕਹਿ ਲੋ ਮਿੰਜੋ ਸਾਡੀ ਸੋਸਾਇਟੀ ਹੈ ਉਹਦੇ ਵਿੱਚ ਜਿਆਦਾ ਸ਼ਾਮਿਲ ਨਹੀਂ ਹੁੰਦੇ ਤੇ ਇਹਨਾਂ ਨੂੰ ਬਾਹਰੀ ਉਤੇਜਨਾਂ ਦੀ ਜਿਹੜੀ ਜ਼ਰੂਰਤ ਆ ਉਹ ਮਹਿਸੂਸ ਹੁੰਦੀ ਹੈ ਹਾਂ ਅਸੀਂ ਗੱਲ ਕਰਾਂਗੇ ਬਾਹਰ ਮੁਕਤਰ ਹੈ ਜਿਹੜਾ ਹਾਈ ਲੈਵਲ ਆ ਉਹ ਕਿਵੇਂ ਅਸੀਂ ਦੇਖ ਸਕਦੇ ਹਾਂ ਹੁਣ ਫਾਈਵ ਫੈਕਟਰ ਮਾਡਲ ਹੈ ਜਿਹੜਾ ਇਹਨਾਂ ਨੂੰ ਸਮਾਜਿਕ ਸਹਾਇਕ ਅਤੇ ਗਲਾਕੜੀ ਮੰਨਦੇ ਨੇ ਮਿੰਜੇ ਵਿਅਕਤੀ ਸੋਸ਼ਲ ਹੁੰਦੇ ਨੇ ਤੇ ਇੱਕ ਦੂਸਰੇ ਨੂੰ ਤੁਸੀਂ ਕਹਿੰਦੇ ਹੋ ਵੀ ਕੋਆਪਰੇਟਿਵ ਹੁੰਦੇ ਨੇ ਸਹਾਇਕ ਹੁੰਦੇ ਨੇ ਸਹਾਇਤਾ ਕਰਨ ਵਾਲੇ ਹੁੰਦੇ ਨੇ ਗਲਾਕੜੀ ਮੀਨਸ ਜ਼ਿਆਦਾ ਗੱਲਾਂ ਕਰਨ ਵਾਲੇ ਹੁੰਦੇ ਨੇ ਤੇ ਹਮੇਸ਼ਾ ਕਿਰਿਆਸ਼ੀਲ ਰਹਿੰਦੇ ਨੇ ਤੇ ਅਕਸਰ ਜਿਹੜਾ ਅਜ਼ਰਟਿਵ ਆਪਣਾ ਬਿਹੇਵੀਅਰ ਆ ਉਹਨੂੰ ਸ਼ੋਅ ਕਰਦੇ ਨੇ ਇੱਕ ਸਮੇਂ ਤੇ ਕਈ ਕੰਮ ਵਧੀਆ ਤਰੀਕੇ ਨਾਲ ਕਰ ਲੈਂਦੇ ਨੇ ਤੇ ਜਿਹੜੀ ਇਹਨਾਂ ਦੀ ਸਖਸ਼ੀਤ ਹੁੰਦੀ ਉਹ ਕ੍ਰਿਸ਼ਮਾ ਹੀ ਹੁੰਦੀ ਹੈ ਮੀਨਸ ਅਟਰੈਕਟਿਵ ਹੁੰਦੀ ਹੈ ਪਰੰਤੂ ਦੂਸਰਿਆਂ ਚੰਗੀ ਤਰ੍ਹਾਂ ਸਮਝੇ ਬਿਨਾ ਉਹਨਾਂ ਤੇ ਇਹ ਜਿਹੜਾ ਜਲਦੀ ਭਰੋਸਾ ਕਰ ਲੈਂਦੇ ਨੇ ਹੁਣ ਸਿਆਸਤ ਕੋ ਜਿਹੜੇ ਵਿਕਰੀ ਕਰਨ ਵਾਲੇ ਹੁੰਦੇ ਨੇ ਤੇ ਜਨਤਾ ਸਬੰਧੀ ਕਾਰੋਬਾਰਾਂ ਦੇ ਵਿੱਚ ਇਹ ਸਫਲ ਹੋ ਜਾਂਦੇ ਨੇ ਹੁਣ ਜਿਹੜੀ ਵਿਅਕਤੀਆਂ ਦੇ ਵਿੱਚ ਬਾਹਰ ਮੁਖਤਾ ਦਾ ਲੈਵਲ ਘੱਟ ਹੈ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਕੁਆਲਿਟੀਆਂ ਹੁੰਦੀਆਂ ਨੇ ਹੁਣ ਇਹਨਾਂ ਲੋਕਾਂ ਨੂੰ ਗੰਭੀਰ ਮਿੰਜੇ ਜ਼ਿਆਦਾ ਸੀਰੀਅਸ ਹੁੰਦੇ ਨੇ ਵਿਅਕਤੀਗਤ ਤੇ ਇਕਾਂਤਕ ਵਿਅਕਤੀ ਹੁੰਦੇ ਨੇ ਮੀਨਸ ਇਕਾਂਤ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਦੂਸਰਿਆਂ ਤੇ ਜਲਦੀ ਭਰੋਸਾ ਨਹੀਂ ਕਰਦੇ ਤੇ ਜਿਹੜੇ ਨਾਲੇ ਪਰਸਨਲ ਮੈਟਰਸ ਹੁੰਦੇ ਨੇ ਉਹਨਾਂ ਨੂੰ ਆਪਣੇ ਤੱਕ ਹੀ ਸੀਮਤ ਰੱਖਦੇ ਨੇ ਮੀਨਸ ਕਿਸੇ ਦੂਸਰੇ ਦੇ ਨਾਲ ਬਹੁਤਾ ਸ਼ੇਅਰ ਨਹੀਂ ਕਰਦੇ ਤੇ ਹਮੇਸ਼ਾ ਚੁੱਪ ਰਹਿੰਦੇ ਨੇ ਤੇ ਇਹਨਾਂ ਨੂੰ ਇਸ ਤਰ੍ਹਾਂ ਦਾ ਵਾਤਾਵਰਣ ਪਸੰਦ ਹੁੰਦਾ ਜਿੱਥੇ ਇਕੱਲੇ ਕੰਮ ਕਰ ਸਕਣ ਕਲਾ ਸਬੰਧੀ ਕੁਦਰਤੀ ਸਾਇੰਸ ਤੇ ਜਿਹੜੇ ਪ੍ਰੋਡਕਸ਼ਨ ਨਾਲ ਸਬੰਧਿਤ ਜਿਵੇਂ ਕਹਿੰਦੇ ਵੀ ਪ੍ਰੋਡਕਸ਼ਨ ਮੈਨੇਜਰ ਨੇ ਇਹ ਹੀ ਇਹਨਾਂ ਦੇ ਲਈ ਚੰਗਾ ਜਿਹੜਾ ਕਾਰੋਬਾਰ ਸਿੱਧ ਹੋ ਸਕਦਾ ਹੁਣ ਇਹਦੇ ਲਈ ਕੁਝ ਸੈਂਪਲਸ ਨੇ ਮੈਂ ਹਰ ਪਾਰਟੀ ਦੀ ਜਾਣਾਂ ਤਾਂ ਹੁਣ ਇਸ ਤਰ੍ਹਾਂ ਦੇਖੋ ਵਿਅਕਤੀ ਕਿਸ ਤਰ੍ਹਾਂ ਦਾ ਹੋਏਗਾ ਜ਼ਿਆਦਾ ਬਾਹਰ ਮੁਕਤਾ ਵਾਲਾ ਹੋਏਗਾ ਜਿਦੇ ਵਿੱਚ ਮੀਨਸ ਹਾਈ ਲੈਵਲ ਹੋਏਗਾ ਮੈਨੂੰ ਦੂਸਰਿਆਂ ਦਾ ਧਿਆਨ ਆਪਣੀ ਤਰਫ਼ ਕਿਚਨ ਵਿੱਚ ਕੋਈ ਇਤਰਾਜ਼ ਨਹੀਂ ਮੈਂ ਦੂਸਰਿਆਂ ਦੇ ird gird ਰਹਿਣਾ ਆਰਾਮਦਾਇਕ ਮਹਿਸੂਸ ਕਰਦੀ ਕਰਦਾ ਹਾਂ ਮੈਂ ਹਮੇਸ਼ਾ ਗੱਲਬਾਤ ਦੀ ਸ਼ੁਰੂਆਤ ਕਰਦੀ ਕਰਦਾ ਹਾਂ ਮੈਂ ਪਾਰਟੀ ਵਿੱਚ ਵੱਖ-ਵੱਖ ਲੋਕਾਂ ਨਾਲ ਬਹੁਤ ਬੋਲਦੀ ਜਾਂ ਬੋਲਦਾ ਹਾਂ ਮੈਂ ਅਜਨਬੀਆਂ ਦੇ ਰੂਪ ਵਿੱਚ ਚੁੱਪ ਰਹਿੰਦੀ ਰਹਿੰਦਾ ਹਾਂ ਮੈਂ ਦੂਸਰਿਆਂ ਦੇ ਧਿਆਨ ਕੇਂਦ੍ਰਿਤ ਬਣਨਾ ਪਸੰਦ ਨਹੀਂ ਹੈ ਮੈਨੂੰ ਮੈਂ ਜ਼ਿਆਦਾ ਨਹੀਂ ਬੋਲਦੀ ਬੋਲਦਾ ਮੇਰੇ ਕੋਲ ਦੂਸਰਿਆਂ ਨੂੰ ਸੁਣਾਉਣ ਲਈ ਕੁਝ ਜ਼ਿਆਦਾ ਨਹੀਂ ਹੁੰਦਾ ਤਾਂ ਜਦੋਂ ਹਾਂ ਜਾਂ ਨਾ ਦੇ ਵਿੱਚ ਆਨਸਰ ਹੋਏਗਾ ਤਾਂ ਅਸੀਂ ਦੇਖ ਸਕਦੇ ਹਾਂ ਕਿ ਇਹ ਵਿਅਕਤੀ ਦਾ ਬਾਹਰ ਮੁਖਤਾ ਦਾ ਲੈਵਲ ਇਹਦੇ ਵਿੱਚ ਜਿਆਦਾ ਹੈ ਜਾਂ ਘੱਟ ਹੈ ਅਸੀਂ ਦੇਖ ਸਕਦੇ ਹਾਂ ਨੈਕਸਟ ਹੁਣ ਅਸੀਂ ਗੱਲ ਕਰਾਂਗੇ ਅਨੁਰੂਪਤਾ ਅਨੁਰੂਪਤਾ ਮੀਨਸ ਐਗਰੀਏਬਲਨੈਸ ਕਿ ਤੁਸੀਂ ਦੂਸਰਿਆਂ ਦੇ ਪ੍ਰਤੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਕਰਦੇ ਹੋ ਕਿਸ ਤਰ੍ਹਾਂ ਦਾ ਤੁਹਾਡਾ ਰਿਸਪੌਂਡ ਹੁੰਦਾ ਹੈ ਦੂਸਰਿਆਂ ਦੇ ਪ੍ਰਤੀ ਦਇਆਪੂਰਨ ਅਤੇ ਮਿਲਵਰਤਨ ਵਾਲਾ ਰਵਈਆ ਪ੍ਰਗਟਾਉਣ ਦੀ ਪ੍ਰਵਿਰਤੀ ਨੂੰ ਕੀ ਕਿਹਾ ਜਾਂਦਾ ਹੈ ਅਨੁਰੂਪਤਾ ਐਗਰੀਏਬਲਨੈਸ ਨਰੂਪ ਵਿਅਕਤੀ ਅਕਸਰ ਦੂਸਰੇ ਨਾਲ ਜਲਦੀ ਘੁਲ ਮਿਲ ਜਾਂਦੇ ਨੇ ਤੇ ਮਨੁੱਖ ਸੁਭਾਅ ਵਾਲੇ ਆਮ ਤੌਰ ਤੇ ਉਹਨਾਂ ਦਾ ਜਿਹੜਾ ਰਵਈਆ ਉਹ ਪੋਜੀਟਿਵ ਹੁੰਦਾ ਹੈ ਤੇ ਆਸ਼ਾ ਭਰਪੂਰ ਹੁੰਦਾ ਹੈ ਮੈਂ ਜਿੱਦੇ ਉਸਕੇ ਨੇ ਵੀ ਹੋਪਫੁਲ ਹੁੰਦਾ ਹੈ ਹੁਣ ਅਨੁਰੂਪਤਾ ਦਾ ਜੇਕਰ ਦਾ ਜ਼ਿਆਦਾ ਲੈਵਲ ਹੋਏਗਾ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦੇ ਕੁਆਲਟੀਜ਼ ਹੋਣੀਆਂ ਮੈਂ ਜਿਹੜਾ 5 ਫੈਕਟਰ ਮਾਡਲ ਆ ਉਹਦੇ ਵਿੱਚ ਕਿਹਾ ਹੈਗਾ ਵੀ ਜੇਕਰ ਚੰਗਾ ਸੁਭਾਅ ਹੈ ਦਇਆਵਾਨ ਹੈ ਤੇ ਮਾਫ ਕਰਨ ਵਾਲਾ ਹੈ ਤਾਂ ਇਟ ਮੀਨਸ ਕੀ ਹੈ ਕਿ ਉਹਦੇ ਵਿੱਚ ਐਗਰੀਏਬਲਨੈਸ ਦਾ ਜਿਹੜਾ ਲੈਵਲ ਆ ਉਹ ਜ਼ਿਆਦਾ ਹੈ ਤੇ ਠਰਮੇ ਸ਼ਸ਼ੀਲ ਤੇ ਨਰਮ ਸੁਭਾਅ ਦੇ ਹੁੰਦੇ ਨੇ ਤੇ ਇੱਕ ਵਧੀਆ ਟੀਮ ਮੈਂਬਰ ਬਣ ਸਕਦੇ ਆ ਤੇ ਗਰੁੱਪ ਦੇ ਵਿੱਚ ਜਿਹੜੀ ਯੂਨਿਟੀ ਲੈ ਆਉਣ ਲਈ ਐਫਰਟਸ ਕਰਦੇ ਨੇ ਦੂਸਰਿਆਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਕਨਫਲਿਕਟਸ ਤੋਂ ਬਚਣ ਦੇ ਲਈ ਇਹ ਜਿਹੜੇ ਆਪਣੇ ਵਿਚਾਰ ਨੇ ਆਪਣੇ ਤਾਂ ਕੀ ਸੀਮਤ ਰੱਖਦੇ ਨੇ ਇਹਨਾਂ ਨੂੰ ਲੱਗਦਾ ਹੈ ਕਿ ਜੇਕਰ ਸੀ ਸ਼ੇਅਰ ਕਰਦੇ ਆ ਇਸ ਤਰ੍ਹਾਂ ਦੀ ਗੱਲ ਜਾਂ ਕੋਈ ਇਸ ਤਰ੍ਹਾਂ ਦਾ ਪੁਆਇੰਟ ਤਾਂ ਗਰੁੱਪ ਦੇ ਵਿੱਚ ਜਿਹੜੀ ਕੋਈ ਵੀ ਲੜਾਈ ਉਹ ਹੋ ਸਕਦੀ ਹੈ ਮੀਨਸ ਇਹ ਇਹ ਇਨ੍ਹਾਂ ਚੀਜ਼ਾਂ ਤੋਂ ਅਵੋਇਡ ਕਰਦੇ ਨੇ ਦੂਸਰੇ ਦੀ ਜਿਹੜੀ ਜ਼ਰੂਰਤਾਂ ਨੇ ਉਹਨਾਂ ਦੇ ਲਈ ਇਹ ਆਪਣੀਆਂ ਲੋੜਾਂ ਨੂੰ ਬੇਧਿਆਨ ਕਰ ਦਿੰਦੇ ਨੇ ਤੇ ਪਦੈਸ਼ੀ ਹੀ ਸਮਾਜਿਕ ਸੁਧਾਰੀ ਹੁੰਦੇ ਨੇ ਇਹ ਮੀਨਜ਼ ਇੱਕ ਸੋਸ਼ਲ ਵਰਕਰ ਹੁੰਦੇ ਨੇ ਸਮਾਜ ਨੂੰ ਸੁਧਾਰਨ ਵਾਲੇ ਹੁੰਦੇ ਨੇ ਪਰੰਤੂ ਜਲਦੀ ਹੀ ਦੂਸਰਿਆਂ ਤੋਂ ਪ੍ਰਭਾਵਿਤ ਵੀ ਹੋ ਜਾਂਦੇ ਨੇ ਤੇ ਇੱਕ ਕਾਮਯਾਬ ਅਤੇ ਸ੍ਰੇਸ਼ਟ ਅਧਿਆਪਕ ਸਾਬਤ ਹੋ ਸਕਦੇ ਨੇ ਤੇ ਜਿਹੜਾ ਸਾਈਕੋਲੋਜੀ ਸਬਜੈਕਟ ਹੈ ਇਹਨਾਂ ਦੇ ਲਈ ਇੱਕ ਵਧੀਆ ਪ੍ਰੋਫੈਸ਼ਨ ਹੋ ਸਕਦਾ ਹੈ ਹੁਣ ਅਸੀਂ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ ਅਨੁਰੂਪਤਾ ਦਾ ਲੈਵਲ ਘੱਟ ਹੁੰਦਾ ਹੈ ਉਹ ਕੱਟ ਲੈਵਲ ਦੇ ਜਿਹੜੇ ਵਿਅਕਤੀ ਨੇ ਉਹ ਆਲੋਚਨਾਤਮਕ ਹੁੰਦੇ ਨੇ ਮੀਨਸ ਗੱਲ-ਗੱਲ ਤੇ ਉਹ ਕ੍ਰਿਟੀਸਾਈਜ਼ ਕਰਦੇ ਨੇ ਗੁੱਸੇ ਹੁੰਦੇ ਨੇ ਤਾਲਮੇਲ ਨਾ ਰੱਖਣ ਵਾਲੇ ਹੁੰਦੇ ਨੇ ਤੇ ਸਮੀਖਕ ਹੁੰਦੇ ਨੇ ਸਮੀਖਕ ਹੁੰਦਾ ਵੀ ਹਰੇਕ ਚੀਜ਼ ਨੂੰ ਬਰੀਕੀ ਦੇ ਨਾਲ ਸੋਚਣਾ ਸਮੀਖਿਆ ਕਰਨਾ ਤੇ ਵਿਚਾਰ ਵਟਾਂਦਰਾ ਕਰਨਾ ਇਸ ਤਰ੍ਹਾਂ ਜਿਹੜੇ ਵਿਅਕਤੀ ਨੇ ਆਪਣੇ ਪ੍ਰਤੀਕਿਰਿਆਵਾਂ ਨੂੰ ਛੁਪਾਉਂਦੇ ਨਹੀਂ ਮੀਨਸ ਉਹਨਾਂ ਦਾ ਪਹਿਲੇ ਉਹ ਸ਼ੋਅ ਕਰ ਦਿੰਦੇ ਨੇ ਦੱਸ ਦਿੰਦੇ ਨੇ ਜੇ ਉਹਨਾਂ ਦਾ ਕੋਈ ਵੀ ਰਿਐਕਸ਼ਨ ਹੁੰਦਾ ਤੇ ਇਹ ਲੋਕ ਆਪਣੀਆਂ ਉਪਲਬਧੀਆਂ ਅਤੇ ਕੋਸ਼ਿਸ਼ਾਂ ਦੀ ਜਿਹੜੀ ਪਹਿਚਾਣਾ ਕਰਵਾਉਣਾ ਚਾਹੁੰਦੇ ਨੇ ਤੇ ਇੱਕ ਵਧੀਆ ਆਗੂ ਨਹੀਂ ਬਣ ਸਕਦੇ ਕਿਉਂਕਿ ਇਹ ਕੀ ਹੁੰਦੇ ਨੇ ਸੈਲਫ ਸੈਂਟਰਡ ਪਰਸਨ ਹੁੰਦੇ ਨੇ ਕਠੋਰ ਦਿਲ ਹੁੰਦੇ ਨੇ ਇਹਨਾਂ ਵਿੱਚ ਜਿਹੜੀਆਂ ਭਾਵਨਾਵਾਂ ਨਹੀਂ ਹੁੰਦੀਆਂ ਗੁਸਤਾਖ ਹੁੰਦੇ ਨੇ ਤੇ ਘਟ ਅਨੁਰੂਪਤਾ ਵਾਲੇ ਜਿਹੜੇ ਵਿਅਕਤੀ ਨੇ ਆਪਣੇ ਆਪ ਨੂੰ ਸਭ ਤੋਂ ਉੱਪਰ ਰੱਖਦੇ ਨੇ ਤੇ ਇਹਨਾਂ ਨੂੰ ਦੂਸਰਿਆਂ ਦੀ ਭਲਾਈ ਦੀ ਜਿਹੜੀ ਕੋਈ ਪਰਵਾਹ ਉਹ ਨਹੀਂ ਹੁੰਦੀ ਇਹ ਲੋਕ ਜਿਹੜੇ ਦੂਸਰਿਆਂ ਦੇ ਉਦੇਸ਼ਾਂ ਤੇ ਇਰਾਦਿਆਂ ਦੇ ਪ੍ਰਤੀ ਸ਼ਕਤੀ ਹੁੰਦੇ ਨੇ ਜਿਸ ਕਰਕੇ ਉਹ ਜਾਦਾ ਮਿੱਤਰ ਨਹੀਂ ਬਣਾ ਸਕਦੇ ਉਹਨਾਂ ਨੂੰ ਲੱਗਦਾ ਹੈਗਾ ਵੀ ਨਹੀਂ ਉਹਦੇ 'ਚ ਇਹ ਕਮੀ ਆ ਉਹ ਇਹ ਆ ਉਹ ਇਹ ਹੈ ਇਸ ਕਰਕੇ ਉਹ ਜਿਹੜੇ ਜਾਦਾ ਫਰੈਂਡਸ ਨੇ ਨਹੀਂ ਬਣਾਉਂਦੇ ਤੇ ਪਦੈਸ਼ੀ ਇਹ ਇੱਕ ਆਗੂ ਹੁੰਦੇ ਨੇ ਮਿਲਟਰੀ ਲੀਡਰਸ਼ਿਪ ਪਬਲਿਕ ਐਡਮਿਨਿਸਟ੍ਰੇਸ਼ਨ ਤੇ ਮੈਨੇਜਮੈਂਟ ਇਹਨਾਂ ਤੇ ਲਈ ਇੱਕ ਵਧੀਆ ਜਿਹੜੇ ਟੁਕਮੇ ਕੈਰੀਅਰ ਨੇ ਹੁਣ ਅਸੀਂ ਇਹਨਾਂ ਦੇ ਲਈ ਜਿਹੜੇ ਸੈਂਪਲਸ ਨੇ ਮੀਨਸ ਕਿਸ ਤਰ੍ਹਾਂ ਦੇ ਕੁਐਸਚਨ ਨੇ ਜਿਨ੍ਹਾਂ ਤੋਂ ਅਸੀਂ ਇਹਨਾਂ ਦੇ ਕਿ ਐਗਰੀਬਲਨੈਸ ਇਹਨਾਂ ਦੇ ਵਿੱਚ ਜਿਆਦਾ ਜਾਂ ਘੱਟ ਹੈ ਉਹਦਾ ਅੰਦਾਜ਼ਾ ਲਗਾ ਸਕਦੇ ਹਾਂ ਪਹਿਲਾ ਜਿਵੇਂ ਹੈ ਮੈਂ ਦੂਸਰੇ ਵਿਅਕਤੀਆਂ ਦੇ ਵਿੱਚ ਰੁਚੀ ਰੱਖਦੀ ਰੱਖਦਾ ਹਾਂ ਮੈਂ ਦੂਸਰੇ ਦੀਆਂ ਭਾਵਨਾਵਾਂ ਸਮਝ ਸਕਦੀ ਸਕਦਾ ਹਾਂ ਮੈਂ ਨਰਮਦਿਲ ਵਿਅਕਤੀ ਹਾਂ ਮੈਂ ਦੂਸਰਿਆਂ ਨੂੰ ਹਮੇਸ਼ਾ ਆਰਾਮਦਾਇਕ ਮਹਿਸੂਸ ਕਰਵਾਉਂਦੀ ਕਰਵਾਉਂਦਾ ਹਾਂ ਮੈਂ ਦੂਸਰਿਆਂ ਦੀ ਭਾਵਨਾਵਾਂ ਪ੍ਰਤੀ ਹਮਦਰਦੀ ਦਿਖਾਉਂਦੀ ਦਿਖਾਉਂਦਾ ਹਾਂ ਮੈਂ ਦੂਸਰਿਆਂ ਲਈ ਸਮਾਂ ਕੱਢ ਲੈਂਦਾ ਹਾਂ ਮੈਂ ਦੂਸਰਿਆਂ ਦੀਆਂ ਮੁਸ਼ਕਲਾਂ ਵਿੱਚ ਰੁਚੀ ਨਹੀਂ ਰੱਖਦੀ ਰੱਖਦਾ ਹਾਂ ਮੈਂ ਦੂਸਰਿਆਂ ਪ੍ਰਤੀ ਜ਼ਿਆਦਾ ਮਤਲਬ ਨਹੀਂ ਰੱਖਦੀ ਰੱਖਦਾ ਹਾਂ ਮੈਂ ਦੂਸਰਿਆਂ ਦੀ ਬੇਇੱਜ਼ਤੀ ਕਰ ਦਿੰਦੀ ਦਿੰਦਾ ਹਾਂ ਮੈਂ ਅਲੱਗ ਰਹਿਣਾ ਪਸੰਦ ਕਰਦੀ ਕਰਦਾ ਹਾਂ ਅਸੀਂ ਇਹਨਾਂ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਵਿਅਕਤੀ ਕਿਸ ਤਰ੍ਹਾਂ ਦਾ ਹੈ ਨੈਕਸਟ ਹੁਣ ਅਸੀਂ ਗੱਲ ਕਰਾਂਗੇ ਉਤੇਜਨਸ਼ੀਲਤਾ ਨਿਰੋਟਿਸਿਜ਼ਮ ਮੀਨਸ ਤੁਸੀਂ ਜਿਹੜੀ ਉਦਾਸੀਨਤਾ ਉਹਦਾ ਮੁਕਾਬਲਾ ਕਿਵੇਂ ਕਰਦੇ ਹੋ ਉਤੇਜਨਸ਼ੀਲਤਾ ਕੀ ਹੈ ਨਕਾਰਾਤਮਕ ਸੰਵੇਗ ਜਿਵੇਂ ਕਿ ਗੁੱਸਾ ਆਉਂਦਾ ਕਿਸੇ ਨੂੰ ਕੋਈ ਉਦਾਸੀਨਤਾ ਜਾਂ ਚਿੰਤਾ ਹੁੰਦੀ ਹੈ ਇਹਨਾਂ ਨੂੰ ਅਨੁਭਵ ਕਰਨ ਦੀ ਪ੍ਰਵਿਰਤੀ ਨੂੰ ਕਿਹਾ ਜਾਂਦਾ ਹੈ ਉਤੇਜਨਸ਼ੀਲਤਾ ਨਿਊਰੋਟਿਸਿਜ਼ਮ ਉਤੇਜਿਤ ਵਿਅਕਤੀ ਕੀ ਕਰਦੇ ਨੇ ਦਬਾਅਪੂਰਨ ਸਥਿਤੀਆਂ ਦੇ ਵਿੱਚ ਬਹੁਤ ਹੀ ਉਤੇਜਿਤ ਤਰੀਕੇ ਨਾਲ ਜਿਹੜਾ ਆਪਣਾ ਰਿਐਕਸ਼ਨ ਆ ਉਹ ਦਿੰਦੇ ਨੇ ਉਹ ਸਧਾਰਨ ਸਥਿਤੀ ਨੂੰ ਵੀ ਡਰਾਉਣ ਵਾਲੀ ਜਾਂ ਅਸੰਭਵ ਸਥਿਤੀ ਸਮਝਦੇ ਹਨ। ਮੀਨ ਜਿਹੜੀ ਉਹਨਾਂ ਦੇ ਸਾਹਮਣੇ ਜੇਕਰ ਕੋਈ ਵੀ ਸਿੰਪਲ ਜੀ ਸਿਚੁਏਸ਼ਨ ਦੇਈਏ ਤਾਂ ਉਹਨੂੰ ਵੀ ਸੋਚਣਗੇ ਵੀ ਤਾਂ ਨਹੀਂ ਬਹੁਤ ਡਰਾਣੀ ਹੈ। ਨਹੀਂ ਇਹ ਤਾਂ ਪੋਸੀਬਲ ਨਹੀਂ ਹੈ। ਇਸ ਤਰੀਕੇ ਨਾਲ ਸਮਝਦੇ ਆ। ਹੁਣ ਜਿਨ੍ਹਾਂ ਵਿਅਕਤੀਆਂ ਦੇ ਵਿੱਚ ਨਰੋਟਿਸਿਜ਼ਮ ਦਾ ਲੈਵਲ ਹਾਈ ਹੈ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਕੁਆਲਿਟੀਆਂ ਹੋਣੀਆਂ? ਜਿਹੜਾ 5 ਫੈਕਟਰ ਮਾਡਲ ਹੈ ਇਹਦੇ ਵਿੱਚ ਕੀ ਕਹਿੰਦੇ ਕਿ ਉਹ ਨਰਵਸ ਹੋਣਗੇ। ਅਸਥਿਰ ਹੋਣਗੇ। ਉਹਨਾਂ ਦੇ ਵਿੱਚ ਜਿਹੜੀਆਂ ਨਕਾਰਾਤਮਕ ਭਾਵਨਾਵਾਂ ਨੇ ਮਿੰਸ ਨੈਗੇਟਿਵ ਫੀਲਿੰਗਸ ਨੇ ਉਹ ਜ਼ਿਆਦਾ ਹੋਣਗੀਆਂ ਤੇ ਇਹ ਬਹੁਤ ਜਲਦੀ ਜਿਹੜਾ ਗਲਤ ਰਿਐਕਸ਼ਨ ਹੈ ਜਾਂ ਗਲਤ ਰਿਸਪੌਂਸ ਆ ਉਹ ਦਿੰਦੇ ਨੇ ਤੇ ਉਦਾਸੀਨਤਾ ਦੀ ਸਥਿਤੀ ਦੇ ਵਿੱਚ ਉਹਨਾਂ ਲੋਕਾਂ ਦੇ ਲਈ ਬਾਹਰ ਨਿਕਲਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਤੇ ਹਮੇਸ਼ਾ ਇੱਕ ਸਥਿਰਤਾ ਦੀ ਜਿਹੜੀ ਜ਼ਰੂਰਤ ਹੈ ਉਹ ਇਹ ਲੋਕ ਮਹਿਸੂਸ ਕਰਦੇ ਨੇ ਗੰਭੀਰ ਕੇਸਾਂ ਦੇ ਵਿੱਚ ਅਜਿਹੇ ਲੋਕਾਂ ਨੂੰ ਇਲਾਜ ਦੀ ਜਿਹੜੀ ਜ਼ਰੂਰਤ ਹੋਵੇ ਪੈ ਜਾਂਦੀ ਹੈ ਤੇ ਇਹ ਜ਼ਿੰਦਗੀ ਪ੍ਰਤੀ ਜਿਹੜਾ ਨਿਰਾਸ਼ਾਵਾਦੀ ਦ੍ਰਿਸ਼ਟੀਕੋਣ ਹੈ ਮੀਨਸ ਜਿਹਨੂੰ ਅਸੀਂ ਕਹਿੰਦੇ ਆ ਵੀ ਪੋਜ਼ਿਟਿਵ ਦ੍ਰਿਸ਼ਟੀਕੋਣ ਨਹੀਂ ਰੱਖਦੇ ਇਹਨਾਂ ਲੱਗਦਾ ਵੀ ਕੀ ਹੈ ਜ਼ਿੰਦਗੀ ਇਹ ਲੋਕ ਇਸ ਤਰ੍ਹਾਂ ਹੀ ਸੋਚਦੇ ਰਹਿੰਦੇ ਨੇ ਨੈਕਸਟ ਹੁਣ ਅਸੀਂ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ ਨੈਟਿਸਿਜ਼ਮ ਦਾ ਜਿਹੜਾ ਲੈਵਲ ਘੱਟ ਹੁੰਦਾ ਕਿਸ ਤਰ੍ਹਾਂ ਦੀ ਕੁਆਲਿਟੀਜ਼ ਹੁੰਦੀਆਂ ਨੇ ਤੇ ਫਾਈਵ ਮਾਡਲ ਫੈਕਟਰ ਦੇ ਅਕੋਰਡਿੰਗ ਇਹ ਲੋਕ ਭਾਵਨਾਤਮਕ ਤੌਰ ਤੇ ਸਥਿਰ ਹੁੰਦੇ ਨੇ ਤੇ ਮਜ਼ਬੂਤ ਹੁੰਦੇ ਨੇ ਠਰਮੇ ਵਾਲੇ ਹੁੰਦੇ ਨੇ ਮੀਨਸ ਪੇਸ਼ੈਂਸ ਇਹਨਾਂ ਲੋਕਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਤੇ ਹਮੇਸ਼ਾ ਸ਼ਾਂਤ ਤੇ ਆਸ਼ਾਵਾਦੀ ਸੁਭਾਅ ਪ੍ਰਗਟ ਕਰਦੇ ਨੇ ਉਦਾਸੀਨ ਤਾਂ ਉਹ ਬਹੁਤ ਜਲਦੀ ਬਾਹਰ ਨਿਕਲ ਆਉਂਦੇ ਨੇ ਇਹਨਾਂ ਨੂੰ ਲੱਗਦਾ ਵੀ ਨਹੀਂ ਚਿੰਤਾ ਦੀ ਗੱਲ ਕੋਈ ਨਹੀਂ ਜਿਹੜੀ ਗੱਲ ਹੋ ਗਈ ਬਸ ਠੀਕ ਹੈ ਟ੍ਰੈਫਿਕ ਕੰਟਰੋਲਰ ਅਤੇ 에ਅਰਲਾਈਨ ਪਾਇਲਟ ਵਰਗੇ ਕੈਰੀਅਰ ਦੇ ਲਈ ਇਹ ਜਿਹੜੇ ਲੋਕ ਨੇ ਉਹ ਵਧੀਆ ਸਿੱਧ ਹੁੰਦੇ ਨੇ ਮੀਨਸ ਇਹਦੇ ਵਿੱਚ ਸਕਸੈਸ ਪ੍ਰਾਪਤ ਕਰਦੇ ਨੇ ਵਿੱਤੀ ਮੈਨੇਜਮੈਂਟ ਤੇ ਇੰਜੀਨੀਅਰਿੰਗ ਵਿੱਚ ਵੀ ਜਿਹੜੀ ਇਹਨਾਂ ਨੂੰ ਸਫਲਤਾ ਹੋ ਮਿਲ ਸਕਦੀ ਹੈ ਹੁਣ ਅਸੀਂ ਗੱਲ ਕਰਾਂਗੇ ਇਹਦੇ ਸੈਂਪਲਸ ਮੈਂ ਜਲਦੀ ਹੀ ਵਿਆਪਕ ਹੋ ਜਾਂਦੀ ਹਾਂ ਜਾਂਦਾ ਹਾਂ ਮੈਂ ਆਪਣਾ ਮੂਡ ਬਹੁਤ ਜਲਦੀ ਬਦਲਦੀ ਬਦਲਦਾ ਹਾਂ ਮੈਂ ਆਸਾਨੀ ਨਾਲ ਚਿੜਚਿੜਾ ਹੋ ਜਾਂਦਾ ਹਾਂ ਮੈਂ ਜਲਦੀ ਹੀ ਤਣਾਅ ਵਿੱਚ ਆ ਜਾਂਦੀ ਹਾਂ ਆ ਜਾਂਦਾ ਹਾਂ ਮੈਂ ਬਹੁਤ ਜਲਦੀ ਘਬਰਾ ਜਾਂਦੀ ਜਾਂ ਘਬਰਾ ਜਾਂਦਾ ਹਾਂ ਮੈਂ ਅਕਸਰ ਉਦਾਸ ਦਿਖਾਈ ਦਿੰਦੀ ਹਾਂ ਜਾਂ ਦਿੰਦਾ ਹਾਂ ਮੈਂ ਬਹੁਤ ਚਿੰਤਾ ਕਰਦੀ ਹਾਂ ਕਰਦਾ ਹਾਂ ਮੈਂ ਜ਼ਿਆਦਾ ਸਮਾਂ ਨਿਸ਼ਚਿੰਤ ਰਹਿੰਦਾ ਹਾਂ ਮੈਂ ਬਹੁਤ ਘੱਟ ਉਦਾਸ ਦਿਖਾਈ ਦਿੰਦੀ ਹਾਂ ਜਾਂ ਦਿੰਦਾ ਹਾਂ ਇਹਨਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਵਿਅਕਤੀ ਕਿਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦੇ ਉਹ ਰਿਸਪਾਂਸ ਦੇਵੇਗਾ ਹੁਣ ਤੁਸੀਂ ਦੇਖ ਰਹੇ ਹੋ ਜਿਹੜਾ ਬਿਗ 5 ਮਾਡਲ ਦਾ ਓਵਰਵਿਊ ਹੁਣ ਇਹਦੇ ਵਿੱਚ ਅਸੀਂ ਜਿਹੜੇ ਪੰਜ ਕੈਰੈਕਟਿਸਟਿਕਸ ਨੇ ਪਰਸਨੈਲਿਟੀ ਦੀਆਂ ਉਹ ਡਿਸਕਸ ਕੀਤੀਆਂ ਸੀ ਜਿਵੇਂ ਕਿ ਓਪਨਨੈਸ ਨੈਕਸਟ ਅਸੀਂ ਗੱਲ ਕੀਤੀ ਸੀ ਕੌਨਸ਼ੀਅਨਸਨੈਸ ਦੀ ਨੈਕਸਟ ਐਕਸਟਰਵਰਜਨ ਨੈਕਸਟ ਐਗਰੀਬਲਨੈਸ ਤੇ ਨਿਊਰੋਟਿਸਿਜ਼ਮ ਹੁਣ ਇਹਦੇ ਵਿੱਚ ਲੋ ਸਕੋਰਸ ਤੇ ਹਾਈ ਸਕੋਰਸ ਦਿੱਤੇ ਗਏ ਨੇ ਹੁਣ ਜਿਹੜਾ ਪਹਿਲਾ ਸੀ ਇਹਦੇ ਵਿੱਚ ਹੈ ਡਾਊਨ ਟੂ ਅਰਥ ਅਨਕਰੀਏਟਿਵ ਕਨਵੈਨਸ਼ਨਲ ਤੇ ਅਨਕਿਊਰੀਅਸ ਹੁਣ ਹਾਈ ਸਕੋਰ ਦੇ ਵਿੱਚ ਇਮੇਜਿਨੇਟਿਵ ਹੁੰਦੇ ਨੇ ਕ੍ਰੀਏਟਿਵ ਹੁੰਦੇ ਨੇ origional ਐਂਡ ਕਿਉਰੀਅਸ ਹੁਣ ਸੈਕੰਡ ਜਿਹੜਾ ਹੈਗਾ ਸੀ ਕੌਂਸ਼ੀਅਸਨੈਸ ਦੇ ਦੇ ਵਿੱਚ ਆਇਆ ਹੈ ਨੈਗਲੀਜੈਂਟ ਹੁੰਦੇ ਨੇ ਜਿਹੜਾ ਲੋਅਰ ਸਕੋਰ ਆ ਲੇਜੀ ਹੁੰਦੇ ਨੇ ਤੇ ਡਿਸਆਰਗਨਾਈਜ਼ਡ ਹੁੰਦੇ ਨੇ ਪਰਸਨ ਲੇਟ ਹੁੰਦੇ ਨੇ ਤੇ ਇਹ ਹੁੰਦੇ ਨੇ ਕੌਂਸ਼ੀਅਨੈਸ ਹਾਰਡ ਵਰਕਿੰਗ ਵੈਲ ਆਰਗਨਾਈਜ਼ਡ ਐਂਡ ਪੰਕਚੁਅਲ ਫਿਰ ਜਿਹੜਾ ਐਕਸਟ੍ਰੋਵਰਜਨ ਹੈ ਲੋਅ ਸਕੋਰ ਦੇ ਵਿੱਚ ਲੋਨਰ ਕੁਇਚ ਪੈਸਿਵ ਤੇ ਰਿਜ਼ਰਵਡ ਤੇਦੇ ਚ ਜੁਆਇਨਰ ਹੁੰਦੇ ਨੇ ਜਿਹੜੇ ਹਾਈ ਸਕੋਰ ਨੇ ਟੌਪ 10 ਹੁੰਦੇ ਨੇ ਐਕਟਿਵ ਐਂਡ ਇਫੈਕਸ਼ਨੇਟ ਹੁੰਦੇ ਨੇ ਹੁਣ ਐਗਰੀਬਲਨੈਸ ਦੇ ਵਿੱਚ ਜਿਹੜਾ ਲੋ ਸਕੋਰ ਆ ਉਹਦੇ ਵਿੱਚ ਸਸਪੀਸ਼ੀਅਸ ਕ੍ਰਿਟੀਕਲ ਰੂਥਲੈਸ ਤੇ ਇਰੀਟੇਬਲ ਹਾਈ ਸਕੋਰ ਦੇ ਵਿੱਚ ਟਰਸਟਿੰਗ ਲੈਨਿਅੰਟ ਸੌਫਟ ਹਾਰਟਡ ਗੁੱਡ ਨੇਚਰਡ ਨਿਰਟਿਸਿਜ਼ਮ ਦੇ ਵਿੱਚ ਜਿਹੜਾ ਲੋ ਸਕੋਰ ਹੈ ਕਾਮ even tempered comfortable and unemotional ਜਿਹੜਾ ਹਾਈ ਸਕੋਰ ਆ ਉਹਦੇ ਵਿੱਚ ਇਹ ਵਰੀਡ ਟੈਂਪਰਾਮੈਂਟਲ ਸੈਲਫ ਕੌਂਸ਼ੀਅਸ ਐਂਡ ਇਮੋਸ਼ਨਲ ਹੁੰਦੇ ਨੇ ਹੁਣ ਜਿਹੜਾ ਇਹ ਫਾਈਵ ਫੈਕਟਰ ਮਾਡਲ ਹੈ ਜਿਨ੍ਹਾਂ ਦੀ ਜਿਸ ਇਹਨਾਂ ਨੇ ਵਿਆਖਿਆ ਕੀਤੀ ਹੈ ਮੀਨਸ ਵਿਆਖਿਆ ਕਰਨ ਵਾਲੇ ਕਹਿੰਦੇ ਨੇ ਕਿ ਵੱਖ-ਵੱਖ ਕਾਰਨਾਂ ਦਾ ਜਿਹੜਾ ਪੱਧਰ ਹੈ ਲੈਵਲ ਹੈ ਉਹ ਸਥਿਤੀ ਦੇ ਅਨੁਸਾਰ ਬਦਲਦਾ ਰਹਿੰਦਾ ਹੈ ਪਰੰਤੂ ਕੁਝ ਇਹ ਵਿਸ਼ਵਾਸ ਕਰਦੇ ਨੇ ਕਿ ਕਿਸੇ ਵੀ ਕਾਰਨ ਦਾ ਜਿਹੜਾ ਪੱਧਰ ਹੈ ਹਰ ਸਥਿਤੀ ਦੇ ਵਿੱਚ ਉਸ ਤਰ੍ਹਾਂ ਦਾ ਹੀ ਰਹਿੰਦਾ ਹੈ ਮੀਨਜ਼ ਸਥਿਰ ਰਹਿੰਦਾ ਪਰਮਾਨੈਂਟ ਰਹਿੰਦਾ ਤੇ ਕੈਰੀਅਰ ਜਿਹੜੀਆਂ ਨਾਲ ਸੰਬੰਧਿਤ ਚੋਣ ਕਿਰਿਆਵਾਂ ਨੇ ਇਹਦੇ ਵਿੱਚ ਉਪਕਲਪਨਾ ਨੂੰ ਅਪਣਾਇਆ ਜਾਂਦਾ ਹੈ ਕਿ ਜਿਹੜੀ ਸਾਈਕੋਮੈਟ੍ਰਿਕਸ ਨੇ ਹਮੇਸ਼ਾ ਉਸ ਉਮੀਦਵਾਰ ਦੀ ਚੋਣ ਕਰਦੀਆਂ ਜੋ ਭਵਿੱਖ ਦੇ ਵਿੱਚ ਹਰ ਸਥਿਤੀ ਵਿੱਚ ਇੱਕੋ ਤਰੀਕੇ ਨਾਲ ਪ੍ਰਦਰਸ਼ਨ ਕਰੇਗਾ ਪਰੰਤੂ ਹੁਣ ਜਿਹੜੀ ਇਸ ਅਸੀਂ ਉਪਕਲਪਨਾ ਦੀ ਗੱਲ ਕਰਦੇ ਹਾਂ ਸਭ ਇਮੇਜਿਨੇਸ਼ਨ ਦੀ ਗੱਲ ਕਰਦੇ ਹਾਂ ਜਾ ਸਭ ਹਾਈਪੋਥੈਸਿਸ ਢੀਕਾਲ ਕਰਦੇ ਆ ਇਹਨੂੰ ਸਹੀ ਸਿੱਧ ਕਰਨ ਦਾ ਕੋਈ ਜਿਹੜਾ ਪ੍ਰਤੱਖ ਪਰਮਾਨਾ ਉਹ ਨਹੀਂ ਹੈ ਤੇ ਅਜੇ ਤੱਕ ਇਹ ਵੀ ਨਹੀਂ ਸਿੱਧ ਹੋਇਆ ਕਿ ਜਿਹੜੀਆਂ ਸਾਈਕੋ ਮੈਟ੍ਰਿਕਸ ਹੁੰਦੀਆਂ ਨੇ ਇਹਨਾਂ ਨੇ ਜਿੰਨਾ ਉਮੀਦਵਾਰਾਂ ਨੂੰ ਰਿਜੈਕਟ ਕੀਤਾ ਉਹ ਉਹਨਾਂ ਵਿਸ਼ੇਸ਼ ਕੈਰੀਅਰਾਂ ਵਿੱਚ ਕਦੇ ਸਫਲ ਸਿੱਧ ਨਹੀਂ ਹੋਏ ਹੁਣ ਇਹ ਵੀ ਮੰਨਣਾ ਪਵੇਗਾ ਕਿ ਜਿਹੜਾ ਇਹ 5 ਫੈਕਟਰ ਮਾਡਲ ਹੈ ਇਹਦੇ ਵਿੱਚ ਬਿਹੇਵੀਅਰ ਦੇ ਤਕਰੀਬਨ ਸਾਰੇ ਜਿਹੜੇ ਖੇਤਰ ਨੂੰ ਸ਼ਾਮਿਲ ਨਹੀਂ ਮੀਨਸ ਕਿਸੇ ਵੀ ਵਿਅਕਤੀ ਦਾ ਜਿਹੜਾ ਬਿਹੇਵੀਅਰ ਹੈ ਉਹਦੇ ਸਾਰੇ ਹੀ ਐਸਪੈਕਟਸ ਨੂੰ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਤੇ ਬਿਹੇਵੀਅਰ ਦੇ ਵਿੱਚ ਸੁਧਾਰ ਆਉਣਾ ਵੀ ਲਾਜ਼ਮੀ ਹੈ ਜਿਵੇਂ ਕਿ ਬਹੁਤ ਹੀ ਜਿਹੜੇ ਉਤੇਜਨਸ਼ੀਲ ਵਿਅਕਤੀ ਨੇ ਉਹਨਾਂ ਦਾ ਜਿਹੜਾ ਪੱਧਰ ਹੈ ਉਹ ਕਲੀਨਿਕ ਇਲਾਜ ਦੀ ਸਹਾਇਤਾ ਦੇ ਨਾਲ ਘਟ ਕੀਤਾ ਜਾ ਸਕਦਾ ਹੈ ਸਿੱਖਣ ਵਾਲੇ ਵਾਤਾਵਰਣ ਦੇ ਵਿੱਚ ਕਿਸੇ ਵੀ ਮਦਦ ਦੀ ਕੋਈ ਵੀ ਹੱਦ ਦਾ ਹੋਣਾ ਠੀਕ ਨਹੀਂ ਸਮਝਿਆ ਜਾਂਦਾ ਜਦੋਂ ਕੋਈ ਬੱਚਾ ਦੂਸਰੇ ਬੱਚਿਆਂ ਨਾਲ ਨਹੀਂ ਖੇਡਣਾ ਚਾਹੁੰਦਾ ਤਾਂ ਉਹਦੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਚਿੰਤਾ ਹੋ ਜਾਂਦੀ ਹੈ ਕਿ ਸਾਡਾ ਬੱਚਾ ਦੂਸਰੇ ਬੱਚਿਆਂ ਦੇ ਨਾਲ ਮਿਕਸ ਅਪ ਨਹੀਂ ਹੁੰਦਾ ਇਹਦੇ ਵਿੱਚ ਕੋਈ ਗਲਤ ਨਹੀਂ ਕਿ ਤੁਹਾਡਾ ਬੱਚਾ ਦੂਸਰੇ ਨਾਲ ਜਿਆਦਾ ਸਮਾਂ ਬਤੀਤ ਨਹੀਂ ਕਰਨਾ ਚਾਹੁੰਦਾ ਪਰੰਤੂ ਇਹ ਵੀ ਜ਼ਰੂਰੀ ਹੈ ਕਿ ਬੱਚਾ ਬਿਲਕੁਲ ਉਹਨਾਂ ਦੇ ਨਾਲੋਂ ਵੱਖਰਾ ਨਾ ਹੋ ਜਾਵੇ ਹੁਣ ਅਸੀਂ ਨਾਲ ਇਹਦੇ ਥੋੜਾ ਜਿਹਾ ਰਿਲੇਟਡ ਹੋਰ ਵੀ ਹੈਗਾ ਕਿ ਵੇਜ਼ ਆਫ ਮੇਅਰਿੰਗ ਦਾ ਬਿਗ 5 ਹੁਣ ਜਿਹੜਾ ਹੈ ਬਿਗ 5 ਹੈ ਉਹਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਮਾਪਿਆ ਜਾ ਸਕਦਾ ਹੈ ਬਿਗ 5 ਨੂੰ ਮਾਪਣ ਦੇ ਲਈ ਸਿਰਫ ਜਿਹੜੀ ਬਿਗ 5 ਸੂਚੀ ਹੈ ਜਾਂ ਲਿਸਟ ਹੈ ਉਹੀ ਨਹੀਂ ਹੈ ਇਸ ਤੋਂ ਇਲਾਵਾ ਕਈ ਹੋਰ ਵੀ ਵਿਕਲਪ ਨੇ ਜਿਵੇਂ ਕਿ ਇੰਟਰਨੈਸ਼ਨਲ ਪਰਸਨੈਲਿਟੀ ਆਈਟਮ ਪੂਲ ਹੈ ਨਿਊ ਪੀਆਰ ਅਤੇ ਨਿਊ ਐਫਐਫਆਈ ਸਕੇਲ ਵੀ ਨੇ ਥੋ ਨਿਊ ਜਿਹੜਾ ਪੀਆਰ ਹੈ ਪਾਲ ਕੋਸਟਾ ਤੇ ਜੈਫ ਮੈਕਰੇ ਦੁਆਰਾ ਇਹਨੂੰ ਡਿਵੈਲਪ ਕੀਤਾ ਗਿਆ ਤੇ ਇਹਦੇ ਵਿੱਚ 240 ਆਈਟਮਸ ਨੇ ਜਿਨ੍ਹਾਂ ਤੋਂ ਅਸੀਂ ਮੈਜ਼ਰਮੈਂਟ ਕਰ ਸਕਦੇ ਹਾਂ ਕਿ ਜਿਹੜੇ ਵਿਅਕਤੀ ਦੀ ਪਰਸਨੈਲਿਟੀ ਉਹ ਕਿਸ ਤਰ੍ਹਾਂ ਦੀ ਹੈ ਇਹ ਸਿਰਫ ਜਿਹੜੇ ਪ੍ਰਮੁੱਖ ਪੰਜ ਫੈਕਟਰਾਂ ਦਾ ਅਧਿਐਨ ਨਹੀਂ ਕਰਦੀ ਪਰੰਤੂ ਹਰ ਫੈਕਟਰ ਦੇ ਛੇ ਜਿਹੜੇ ਪਹਿਲੂ ਨੇ ਉਹਨਾਂ ਨੂੰ ਵੀ ਇਹ ਮੀਜ਼ਰ ਕਰਦੀ ਹੈ ਇੱਕ ਵਪਾਰਕ ਸਮੂਹ ਦੀ ਇਨਵੈਂਟਰੀ ਹੈ ਜੋ ਕਿ ਇਹ ਉਮੀਦ ਕਰਦੀ ਹੈ ਕਿ ਜੋ ਵਿਅਕਤੀ 20 ਇਨਵੈਂਟਰੀ ਦਾ ਇਸਤੇਮਾਲ ਕਰੇ ਉਹ ਪਹਿਲਾਂ ਉਸ ਸਮੂਹ ਤੋਂ ਪ੍ਰਵਾਨਗੀ ਲੇ ਅਤੇ ਫਿਰ ਪੈਸੇ ਦੇ ਕੇ ਇਸ ਇਨਵੈਂਟਰੀ ਨੂੰ ਖਰੀਦੇ ਹੁਣ ਕੋਸਟਾ ਤੇ ਜਿਹੜੇ ਮੈਕਰੇ ਨੇ ਇਹਨਾਂ ਨੇ ਨਿਊ ਪੀਆਰ ਦਾ ਛੋਟਾ ਅਨੁਵਾਦ ਹੈ ਜਿਹੜਾ ਉਹ 60 ਆਈਟਮਸ ਦਾ ਬਣਾਇਆ ਤੇ ਨਿਊ ਐਫਐਫਆਈ ਬਣਾਇਆ ਜੋ ਕਿ ਸਿਰਫ ਪੰਜ ਫੈਕਟਰਸ ਨੂੰ ਹੀ ਦੀ ਮੇਜਰਮੈਂਟ ਕਰਦਾ ਹੈ ਸैम ਗੋਸਲਿੰਗ ਜੇਨਸਨ ਡੈਫਟਰ ਤੇ ਜਿਹੜੇ ਵਿਲਸਬੈਨ ਨੇ ਉਹਨਾਂ ਦਰ ਬਣਾਈ ਗਈ ਕੋਈ 10 ਨੰਬਰੀ ਜਿਹੜੀ ਪਰਸਨੈਲਿਟੀ ਇਨਵੈਂਟਰੀ ਹੈ ਉਹ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ ਹੁਣ ਜਿਹੜੀ ਇਹ ਪਰਸਨੈਲਿਟੀ ਨੂੰ ਮੇਜਰਮੈਂਟ ਕਰਨ ਦੇ ਲਈ ਅਗਰ ਅਸੀਂ ਕੋਈ ਵੀ ਛੋਟਾ ਜਿਹਾ ਸੰਪੂਰਨ ਵਾਕ ਮੀਨਸ ਕੰਪਲੀਟ ਅਸੀਂ ਸੈਂਟੈਂਸ ਜਾਂ ਛੋਟੇ ਜਿਹੜੇ ਵਾਕ ਨੇ ਉਹਨਾਂ ਵਾਲੀ ਸ਼ਬਦਾਵਲੀ ਵਰਤਨ ਦੀ ਬਜਾਏ ਇਕੱਲੇ ਜਿਹੜੇ ਵਿਸ਼ੇਸ਼ਣ ਨੇ ਉਹਨਾਂ ਦਾ ਇਸਤੇਮਾਲ ਕਰਨਾ ਚਾਹੁੰਦੇ ਆ ਤਾਂ ਉਹਦੇ ਵਿੱਚ ਵੀ ਕੁਝ ਵਿਕਲਪ ਨੇ অপਸ਼ਨਸ ਨੇ ਜਿਵੇਂ ਕਿ ਜਿਹੜਾ ਗੋਲਡਬਰਗ ਹੈ ਉਹਦੇ 100 ਟ੍ਰੇਟ ਡਿਸਕ੍ਰਿਪਟਿਵ ਵਿਸ਼ੇਸ਼ਣ ਨੇ ਤੇ ਗਰਾਡ ਦਾ 40 ਬਿਗ 5 ਮਿਨੀ ਮਾਰਕਰਸ ਬਿਗ 5 ਮਾਡਲ ਨੂੰ ਕ੍ਰਿਟਿਸਾਈਜ਼ ਵੀ ਕੀਤਾ ਗਿਆ ਜਿਵੇਂ ਫਸਟ ਸਟੇਜ ਦੇ ਨਾਲ ਰਿਲੇਟਡ ਹੈ ਕਿ ਮੈਥਡਲੋਜੀਕਲ ਇਸ਼ੂਇਸ ਨੇ ਵਿਧੀ ਸੰਬੰਧੀ ਸਮੱਸਿਆਵਾਂ ਨੇ ਹੁਣ ਇਹਦੇ ਵਿੱਚ ਜਿਹੜੇ ਜਦੋਂ ਅਸੀਂ ਕਿਸੇ ਵੀ ਪਰਸਨੈਲਿਟੀ ਨੂੰ ਉਹਦਾ ਜਿਹੜਾ ਸਟਰਕਚਰ ਹੈ ਦੇਖਣਾ ਕਿ ਵਿਅਕਤੀ ਕਿਸ ਤਰ੍ਹਾਂ ਦਾ ਹੈ ਤਾਂ ਇਹਦੇ ਜਿਹੜੇ ਸਾਰੇ ਫੈਕਟਰ ਨੇ ਮੀਨਸ ਇਹ ਸਿਰਫ 5 ਫੈਕਟਰ ਇਹਦੇ ਵਿੱਚ ਆਉਂਦੇ ਨੇ ਪਰ 5 ਫੈਕਟਰ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਵਿਅਕਤੀ ਆਪਣੇ ਸ਼ੋਰ ਨਹੀਂ ਕਰਦਾ ਇਸ ਕਰਕੇ ਸੇ ਨੇ ਕਹਿ ਸਰ ਕੇ ਹਰੇਕ ਵਿਅਕਤੀ ਦੀ ਜਿਹੜੀ ਪਰਸਨੈਲਿਟੀ ਹੈ ਉਹਦੇ ਵਿੱਚ ਸਿਰਫ ਜਿਹੜੇ 5 ਫੈਕਟਰਸ ਹੀ ਹੁੰਦੇ ਨੇ ਫਿਰ ਥਿਓਰੈਟিক্যাল ਸਟੇਟਸ ਹੁਣ ਇਹ ਕੁਝ ਖੋਜਾਂ ਦੇ ਉੱਪਰ ਆਧਾਰਿਤ ਹੈ ਜਿਵੇਂ ਕਿ ਕਈ ਜਿਹੜੇ ਖੋਜਾਰਥੀ ਨੇ ਉਹਨਾਂ ਨੇ ਕੀ ਕਿਹਾ ਕਿ ਫੈਕਟਰ ਵਿਸ਼ਲੇਸ਼ਣ ਅਧੀਨ ਇਕੱਠੇ ਹੋਕ ਦਿੱਤੀ ਗਈ ਵਿਧੀ ਹੈ ਸਿਰਫ ਪਰ ਇਹਦਾ ਭਾਵ ਇਹ ਨਹੀਂ ਕਿ ਪੰਜ ਕਾਰਕ ਮੌਜੂਦ ਹੀ ਨਹੀਂ ਹੈਗੇ ਕਿਉਂਕਿ ਪੰਜ ਕਾਰਕ ਤਾਂ ਮੌਜੂਦ ਹੈਗੇ ਨੇ ਬਟ ਉਹਨਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਛੁਪੇ ਹੁੰਦੇ ਨੇ ਤੇ ਪ੍ਰਸੰਤਾ ਤੇ ਉਤੇਜਨਾ ਆਦ ਨੂੰ ਜਿਹੜੀ ਬਾਹਰ ਮੁਖਤ ਤ ਉਹਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਤੇ ਕਈ ਜਿਹੜੇ ਸਿਧਾਂਤਕ ਮਾਡਲ ਨੇ ਜਿਵੇਂ ਕਿ ਫਾਈਵ ਫੈਕਟਰ ਸਿਧਾਂਤ ਤੇ ਸੋਸ਼ਲ ਇਨਵੈਸਟਮੈਂਟ ਸਿਧਾਂਤ ਬਿਗ 5 ਦੀ ਇਸ ਸਿਧਾਂਤਕ ਕਮਜ਼ੋਰੀ ਨੂੰ ਪੂਰਾ ਕਰਨ ਦੇ ਲਈ ਦਿੱਤੇ ਗਏ ਨੇ ਟੈਂਪਰਾਮੈਂਟ ਸਿਧਾਂਤ ਵੀ ਬਿਗ 5 ਦਾ ਜਿਹੜਾ ਸਿਧਾਂਤਕ ਵਿਕਲਪ ਹੈ ਉਹ ਹੋ ਸਕਦਾ ਹੈ ਨੈਕਸਟ ਹੈ ਲਿਮਿਟਡ ਸਕੋਪ ਹੁਣ ਬਿਗ 5 ਦੀ ਸਭ ਤੋਂ ਵੱਡੀ ਜਿਹੜੀ ਆਲੋਚਨਾ ਇਸ ਪੱਖ ਤੋਂ ਆਇਆ ਕਿਉਂਕਿ ਤੇ ਜਿਹੜਾ ਸਕੋਪ ਹੈ ਉਹ ਲਿਮਿਟਡ ਹੈ ਕਿਉਂਕਿ ਜਿਹੜੀ ਹਿਊਮਨ ਬੀਇੰਗ ਦੀ ਪਰਸਨੈਲਿਟੀ ਹੈ ਉਹਦੇ ਸਾਰੇ ਹੀ ਐਸਪੈਕਟਸ ਨੂੰ ਵਧੀਆ ਢੰਗ ਦੇ ਨਾਲ ਡਿਸਕ੍ਰਾਈਬ ਨਹੀਂ ਕਰਦਾ ਤੇ ਕੁਝ ਜਿਹੜੇ ਸਾਈਕੋਲੋਜਿਸਟ ਨੇ ਉਹਨਾਂ ਨੇ ਇਸ ਮਾਡਲ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਕਿਉਂਕਿ ਇਹ ਸਖਸ਼ੀਤ ਦੇ ਹਰ ਪੈਲੂ ਨੂੰ ਜਿਹੜੀ ਇੰਪੋਰਟੈਂਸ ਹੈ ਉਹ ਨਹੀਂ ਦਿੰਦਾ ਜਿਵੇਂ ਕਿ ਧਾਰਮਿਕਤਾ ਚਲਾਕੀ ਇਮਾਨਦਾਰੀ ਸਵੈਤਾ ਆਰਨਾ ਪ੍ਰੇਰਣਾ ਕਫਾਇਤੀ ਰਵਈਆ ਕਮੰਡੀਪਨ ਤੇ ਮਖੌਲੀਅ ਸੁਭਾਅ ਆਦਿ ਅਜਿਹੇ ਸਾਰੇ ਕਾਰਕਾਂ ਦੇ ਬਿਗ 5 ਦੇ ਚਰਾਂ ਨਾਲ ਸਹਿਸੰਬੰਧ ਦੇਖੇ ਗਏ ਨੇ ਜਿਵੇਂ ਕਿ ਉਦਾਰਤਾ ਅਤੇ ਸਿਆਸੀ ਜਿਹੜੀ ਸਿਆਸੀ ਅਨੁਦਾਰਤਾ ਦੇ ਵਿੱਚ ਨਕਾਰਾਤਮਕ ਸਹਿਸੰਬੰਧ ਹੁਣ ਫਾਈਵ ਫੈਕਟਰ ਨੇ ਇਹਨਾਂ ਕਾਰਕਾਂ ਦੇ ਵਿੱਚ ਕੋਈ ਜਿਹੜੀ ਭਿੰਨਤਾ ਉਹਦੀ ਵਿਆਖਿਆ ਨਹੀਂ ਕੀਤੀ ਤੇ ਜਿਹੜਾ ਫਾਈਵ ਫੈਕਟਰ ਹੈ ਭਾਵੇਂ ਇਹਨੂੰ ਕ੍ਰਿਟੀਸਾਈਜ਼ ਵੀ ਕੀਤਾ ਗਿਆ ਬਟ ਫਿਰ ਵੀ ਇਹਦੇ ਵਿੱਚ ਬਹੁਤ ਸਾਰੀਆਂ ਵਧੀਆ ਗੱਲਾਂ ਨੇ ਜਿਨ੍ਹਾਂ ਨਾਲ ਅਸੀਂ ਜਿਹੜੇ ਵਿਅਕਤੀ ਦੀ ਪਰਸਨੈਲਿਟੀ ਹੈ ਉਹਦੇ ਗੁਣਾਂ ਨੂੰ ਦੇਖ ਸਕਦੇ ਹਾਂ ਤੇ ਵਿਅਕਤੀ ਬਾਰੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਹੈ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਕਿ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ